ਜਸ ਪੰਜਾਬੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਅਤੇ ਸਤਿਕਾਰਯੋਗ ਪੰਜਾਬੀਆਂ ਨੂੰ ਮੇਰੇ ਵੱਲੋਂ ਜਾਣੀ ਜਗਤਾਰ ਸਿੰਘ ਜੱਗੀ ਵੱਲੋਂ ਹਮੇਸ਼ਾ ਦੀ ਤਰ੍ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ, ਹਾਏ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਜਾਇਨੂ ਜਲਵੇ ਜੱਗੀ ਦੇ ਵਿੱਚ। ਪ੍ਰੋਗਰਾਮ ਵੈਸੇ ਜਦੋਂ ਮੈਂ ਤਿਆਰੀ ਕਰ ਰਿਹਾ ਸੀ ਪ੍ਰੋਗਰਾਮ ਦੀ ਥੋੜ੍ਹੀ ਬਹੁਤ ਵੀ ਕੀ ਕਰਨਾ ਕੀ ਨਹੀਂ ਕਰਾਉਣਾ, ਤਾਂ ਮਨ ਥੋੜ੍ਹਾ ਜਿਹਾ ਉਚਾਟ ਜਿਹਾ ਹੋਇਆ ਸੀ ਵੀ ਕਿਵੇਂ ਪ੍ਰੋਗਰਾਮ ਕਰੀਏ। ਕੋਸ਼ਿਸ਼ ਕਰੀ ਦੀ ਇਸ ਪ੍ਰੋਗਰਾਮ ਦੇ ਵਿੱਚ ਵੀ ਹਾਸੀਆਂ ਖੇਡੀਆਂ ਹੋਣ, ਮਾੜੀਆਂ ਮੋਟੀਆਂ ਥੋੜ੍ਹਾ ਬਹੁਤ, ਜਿੱਥੇ ਇਨਫੋਰਮੇਸ਼ਨ ਹੁੰਦੀ ਹੈ ਉੱਥੇ ਐਂਟਰਟੇਨਮੈਂਟ ਵੀ ਹੋਵੇ, ਜਿੱਥੇ ਅਸੀਂ ਪੁਰਾਣੇ ਗੱਲਬਾਤ ਕਰੀ ਦੀ ਹੈ ਰੀਤੀ ਰਿਵਾਜਾਂ ਦੀ ਜਾਂ ਹੋਰ ਕੋਈ, ਉੱਥੇ ਨਾਲ ਨਾਲ ਥੋੜ੍ਹੀ ਬਹੁਤ ਐਂਟਰਟੇਨਮੈਂਟ ਕਰਨ ਦੀ ਵੀ ਕੋਸ਼ਿਸ਼ ਕਰੀ ਦੀ ਹੈ। ਪਰ ਜਦੋਂ ਹੁਣ ਸੋਸ਼ਲ ਮੀਡੀਆ ਲਾ ਲਓ ਚਾਹੇ ਕੋਈ ਟੀ ਵੀ ਚੈਨਲ ਲਾ ਲਈਏ, ਪੰਜਾਬ ਦਾ ਹਾਲ ਦੇਖਦੇ ਹਾਂ ਤਾਂ ਉਦੋਂ ਫਿਰ ਮਨ ਉਦਾਸ ਹੋ ਜਾਂਦਾ। ਵੈਸੇ ਤਾਂ ਪੰਜਾਬ ਦਾ ਹਾਲ ਜਿਹੜਾ ਲੀਡਰਾਂ ਨੇ ਬਹੁਤ ਬੁਰਾ ਕੀਤਾ ਹੋਇਆ, ਪਰ ਇਹ ਕੁਦਰਤ ਦੀ ਜਿਹੜੀ ਕਰੋਪੀ ਹੈ ਇਸ ਸਮੇਂ ਉਹ ਪੰਜਾਬ ਚੱਲ ਰਿਹਾ ਹੈ। ਅਤੇ ਜੇ ਅਸੀਂ ਗੱਲ ਕਰੀਏ ਲੀਡਰਾਂ ਦੀ, ਤਾਂ ਲੀਡਰ ਇਸ ਕੁਦਰਤ ਦੀ ਕਰੋਪੀ ਦੇ ਵਿੱਚੋਂ ਵੀ ਆਪਣਾ ਫਾਇਦਾ ਲੱਭਦੇ ਨੇ ਵੀ ਚਲੋ ਕੁਦਰਤ ਨੇ ਇਹਨਾਂ 'ਤੇ ਮਾਰ ਪਾਈ ਹੈ ਅਤੇ ਇਹਦਾ ਸਾਨੂੰ ਕੀ ਫਾਇਦਾ ਹੋ ਸਕਦਾ, ਕਿੱਥੋਂ ਚਾਰ ਵੋਟਾਂ ਵੱਧ ਆ ਸਕਦੀਆਂ, ਕਿਹਨੂੰ ਬੁਰਾ ਭਲਾ ਕਹਿ ਕੇ ਅਤੇ ਇਹਦੇ 'ਤੇ ਅਸੀਂ ਦੋਸ਼ ਲਾ ਸਕਦੇ ਹਾਂ। ਸੋ ਇਹ ਸਾਰਾ ਕੁਝ ਦੇਖ ਦਿਖਾ ਕੇ ਅਤੇ ਮਨ ਇੱਦਾਂ ਹੋਰ ਤਰ੍ਹਾਂ ਥੋੜ੍ਹਾ ਜਿਹਾ ਹੋਇਆ ਸੀਗਾ। ਪਰ ਕੀ ਕਰੀਏ, ਸਿਆਣੇ ਕਹਿੰਦੇ ਵੀ ਸ਼ੋਅ ਮਸਟ ਗੋ ਔਨ, ਸੰਸਾਰ ਨੇ ਚੱਲਦੇ ਰਹਿਣਾ, ਚੰਗੇ ਮਾੜੇ ਹੁੰਦੇ ਰਹਿਣਾ। ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੈਸੇ ਮੈਂ ਕੋਸ਼ਿਸ਼ ਹੈਗਾ ਸਾਰਾ ਕੁਝ ਹੀ ਆਪਣਾ ਮਸਾਲਾ ਪੂਰਾ ਆਪਾਂ ਕਰਨਾ ਹੈਗਾ, ਪਰ ਜਿਵੇਂ ਜ਼ਿਲ੍ਹੇ, ਤਿੰਨ ਜ਼ਿਲ੍ਹੇ ਵਾਲੇ ਪ੍ਰਭਾਵਿਤ ਹੋਏ ਨੇ, ਰੋਪੜ ਦੀ ਗੱਲ ਕਰੀਏ, ਜਲੰਧਰ ਦੀ ਗੱਲ ਕਰੀਏ ਅਤੇ ਜਾਂ ਫਿਰ ਲੁਧਿਆਣਾ ਵੀ ਕਾਫੀ ਪ੍ਰਭਾਵਿਤ ਹੋਇਆ। ਸਾਡੇ ਨੇੜੇ ਸਤਲੁਜ ਦਰਿਆ ਪੈਂਦਾ ਪਿੰਡ ਦੇ ਨੇੜੇ, ਉਹ ਵੀ ਉਹਦਾ ਤੁਸੀ ਬਣ ਜਿਹਨੂੰ ਕਹਿੰਦੇ ਹਾਂ, ਉਹਦੀ ਵੀ ਪਹਿਲਾਂ ਗੱਲ ਕੀਤੀ ਸੀ, ਉਹ ਵੀ ਟੁੱਟ ਗਿਆ ਸੀਗਾ। ਸੋ ਪਰਮਾਤਮਾ ਮਿਹਰ ਕਰੇ ਜੀ ਪੰਜਾਬ ਉੱਪਰ, ਭਾਰਤ ਦੇ ਉੱਪਰ, ਸਾਰਿਆਂ ਦੇ ਉੱਪਰ ਮਿਹਰ ਕਰੇ ਪਰਮਾਤਮਾ, ਇਹੋ ਜਿਹੀ ਕਰੋਪੀ ਤੋਂ ਬਚਾ ਰਵੇ ਤਾਂ ਚੰਗਾ। ਪਰ ਇਹਦੇ ਵਿੱਚ ਵੀ ਸਰਕਾਰਾਂ ਦੀਆਂ ਨਲਾਇਕੀਆਂ ਜਿਹੜੀਆਂ ਉਹ ਸਾਡੇ ਸਾਹਮਣੇ ਸ਼ਰੇਆਮ ਨਜ਼ਰ ਆਉਂਦੀਆਂ ਨੇ, ਸਰਕਾਰਾਂ ਦੀਆਂ ਨਲਾਇਕੀਆਂ ਅਤੇ ਲੀਡਰਾਂ ਦੀਆਂ ਨਲਾਇਕੀਆਂ। ਚਲੋ ਖੈਰ, ਪਰਮਾਤਮਾ ਮਿਹਰ ਕਰੇ। ਜਿਨ੍ਹਾਂ ਜਿਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਤੁਹਾਡੇ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਹੈਗੇ ਆ ਜਾਂ ਤੁਹਾਡੇ ਪਿੰਡ ਪੈਂਦੇ ਨੇ, ਮੇਰਾ ਪਿੰਡ ਪੈਂਦਾ ਜ਼ਿਲ੍ਹਾ ਜਲੰਧਰ ਦੇ ਵਿੱਚ, ਸ਼ਾਹਕੋਟ ਕੋਲ ਪਿੰਡ ਪੈਂਦਾ, ਸ਼ਾਹਕੋਟ ਦੇ ਆਲੇ ਦੁਆਲੇ ਕਾਫੀ ਬੁਰਾ ਹਾਲ ਹੈ, ਲੋਹੀਆਂ ਦੇ ਆਲੇ ਦੁਆਲੇ ਕਾਫੀ ਬੁਰਾ ਹਾਲ ਹੈ। ਸੋ ਜੇ ਪਿੰਡ ਤੁਹਾਡਾ ਉੱਧਰ ਕਿਤੇ ਪੈਂਦਾ ਅਤੇ ਤੁਹਾਡੀ ਉੱਥੇ ਕਿਸੇ ਦੀ ਗੱਲਬਾਤ ਹੋਈ ਹੈ ਉੱਥੇ ਕਿਸੇ ਦੇ ਨਾਲ, ਉੱਥੋਂ ਦਾ ਹਾਲ ਚਾਲ ਜਿਹੜਾ ਪੰਜਾਬ ਦਾ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੋ ਤਾਂ ਉਹ ਵੀ ਕਰ ਸਕਦੇ ਹਾਂ ਨਾਲ। ਵੈਸੇ ਆਪਾਂ ਵਿਸ਼ਾ ਵਗੈਰਾ ਜ਼ਰੂਰ ਕੋਈ ਨਾ ਕੋਈ ਰੱਖਾਂਗੇ। ਸੋ ਜਿਵੇਂ ਗੱਲ ਕੀਤੀ ਹੈ ਕਿ ਪੰਜਾਬ ਦੀ ਹਾਲਾਤ ਜਿਹੜੇ ਨੇ ਤੁਹਾਡੇ ਪਿੰਡਾਂ ਦੇ, ਉਹਦੀ ਵੀ ਗੱਲਬਾਤ ਆਪਾਂ ਨਾਲ ਕਰ ਸਕਦੇ ਹਾਂ। ਹੁਣ ਅੱਜ ਦੀ ਅਗਰ ਗੱਲ ਕਰੀਏ ਤਾਂ ਅੱਜ ਮੇਲ ਬਾਕਸ ਜਿਹੜਾ ਉਹ ਮੈਂ ਲੈ ਕੇ ਆਇਆ, ਸਵਾਲਾਂ ਦੇ ਜਵਾਬ ਹੁੰਦੇ ਆ, ਕੋਸ਼ਿਸ਼ ਕਰੀ ਦੀ ਉਹ 'ਚੋਂ ਮਾੜਾ ਮੋਟਾ ਥੋੜ੍ਹਾ ਬਹੁਤ ਹਾਸਾ ਨਿਕਲੇ ਅਤੇ ਨਾਲ ਦੀ ਨਾਲ ਕੋਈ ਨਾ ਕੋਈ ਵਿਸ਼ਾ ਹੁੰਦਾ, ਪੁਰਾਣੇ ਰੀਤੀ ਰਿਵਾਜਾਂ ਦੀ ਗੱਲਬਾਤ ਹੁੰਦੀ ਹੈ, ਉਹ ਵੀ ਕਰਾਂਗੇ। ਉਹਦੇ 'ਚ ਵੀ ਜਾਣਕਾਰੀ ਕੋਈ ਨਾ ਕੋਈ ਲੈਣ ਦੀ ਤੁਹਾਡੇ ਕੋਲੋਂ ਕੋਸ਼ਿਸ਼ ਕਰਾਂਗੇ, ਜਾਣਕਾਰੀ ਕੋਈ ਨਾ ਕੋਈ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਉਹਦੇ ਵਿੱਚ ਵੀ। ਪਰ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਅੱਜ ਦਾ ਸਾਡਾ ਸੈਗਮੈਂਟ ਜਿਹੜਾ ਮੇਲ ਬਾਕਸ, ਜਾਣੀ ਕਿ ਸੁਨੇਹੇ ਸੱਜਣਾ ਦੇ। ਚਲੋ ਜੀ, ਥੋੜ੍ਹਾ ਜਿਹਾ ਮੂਡ ਨੂੰ ਠੀਕ ਕਰਕੇ ਕਰੀਏ ਕੰਮ 'ਤੇ ਲੱਗੀਏ। ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼। ਹਾਂਜੀ, ਪਹਿਲਾ ਸਵਾਲ ਜਿਹੜਾ ਪੁੱਛਿਆ ਉਹ ਮਨਜੀਤ ਕੌਰ ਪੰਗੂ ਨੇ ਪੁੱਛਿਆ, ਉਹ ਕਹਿੰਦੇ ਨੇ ਜੀ ਮੈਂ ਸੁਣਿਆ ਅੱਜ ਦੇ ਦਿਨ ਸਵਾਲ ਦੋ ਤਿੰਨ ਆ ਹੀ ਜਾਂਦੇ ਜਿਹੜੇ ਹਰ ਬੰਦੇ ਨਾਲ ਸੰਬੰਧਿਤ ਹੁੰਦੇ ਆ, ਮੇਰੇ ਨਾਲ ਵੀ ਸੰਬੰਧਿਤ ਹੁੰਦੇ ਆ, ਜਾਣੀ ਕਿ ਵਿਆਹੇ ਹੋਏ ਬੰਦਿਆਂ ਦੀ ਗੱਲਬਾਤ ਹੋ ਹੀ ਜਾਂਦੀ ਆ। ਕਹਿੰਦੇ ਜੀ ਮੈਂ ਸੁਣਿਆ ਕਿ ਵਿਆਹੇ ਬੰਦੇ ਜਿੰਨੇ ਵੀ ਹਨ, ਚਾਹੇ ਉਹ ਅਫਸਰ ਆ, ਚਾਹੇ ਉਹ ਡਾਕਟਰ ਆ, ਚਾਹੇ ਉਹ ਕੋਈ ਆਮ ਬੰਦਾ, ਉਹ ਬਾਹਰ ਸ਼ੇਰ ਅਤੇ ਘਰੇ ਢੇਰ ਹੁੰਦੇ ਹਨ, ਕੀ ਇਹ ਸੱਚ ਹੈ ਜਾਂ ਕੋਈ ਸ਼ੇਰ ਵੀ ਹੁੰਦਾ ਹੈ, ਮਤਲਬ ਘਰੇ ਵੀ ਸ਼ੇਰ ਹੁੰਦਾ ਹੈ? ਇਹ ਹੁੰਦਾ ਹੀ ਹੋਣਾ ਜੀ, ਸੱਚ ਹੀ ਹੋਣਾ ਜੀ। ਹੁਣ ਕਿਹਾ ਸਿਆਣਿਆਂ ਨੇ ਗੱਲਾਂ ਕਹੀਆਂ ਅਤੇ ਕੋਈ ਸੱਚ ਹੀ ਹੁੰਦੀ ਹੋਣੀ, ਬਾਹਰ ਸ਼ੇਰ ਅਤੇ ਘਰੇ ਢੇਰ, ਇਹ ਤਾਂ ਅਕਸਰ ਦੇਖਿਆ ਮੈਂ ਹੁੰਦਾ। ਸਾਡੇ ਇੱਕ ਲੀਡਰ ਸਾਹਿਬ ਪਿੱਛੇ ਜਿਹੇ ਜਦੋਂ ਕਬੱਡੀ ਕੱਪ ਚੱਲ ਰਿਹਾ ਸੀਗਾ ਪੰਜਾਬ ਦੇ ਵਿੱਚ, ਉਦੋਂ ਪਤਾ ਲੱਗਦਾ ਵੀ ਘਰੇ ਸਾਰੇ ਹੀ ਢੇਰ ਨੇ, ਚਾਹੇ ਉਹ ਮੰਤਰੀ ਹੋਵੇ। ਮੰਤਰੀ ਇੱਕ ਬੈਠਾ ਸੀ ਤਾਂ ਉਦੋਂ ਸ਼ਾਇਦ ਕਿਹੜੀ ਉਹ ਆਈ ਸੀਗੀ ਬਾਲੀਵੁੱਡ ਦੀ, ਪ੍ਰਿਯੰਕਾ ਚੋਪੜਾ ਸੀ ਸ਼ਾਇਦ ਕਿਹੜੀ ਆਈ ਸੀ, ਜਿਹਨੇ ਡਾਂਸ ਕੀਤਾ ਸੀ 3 ਕੁ ਮਿੰਟ ਡਾਂਸ ਕਰਕੇ, ਉਹ ਕਈ ਕਿੰਨੇ ਲੱਖਾਂ ਰੁਪਈਆ ਲੈ ਗਈ ਸੀਗੀ। ਉਹ ਹੁਣ ਕੁਦਰਤੀ ਗੱਲ ਆ ਵੀ ਉਹਨੇ ਡਾਂਸ ਕਰਕੇ ਜਾਂ ਡਾਂਸ ਤੋਂ ਪਹਿਲਾਂ ਜਿੱਥੇ ਮੰਤਰੀ ਬੈਠਾ ਸੀ ਉਹਦੇ ਨਾਲ ਬਹਿਣਾ ਸੀ, ਉਹਦੇ ਨਾਲ ਬੈਠੀ ਸੀ ਅਤੇ ਉਸੇ ਲਾਈਨ 'ਚ ਸੋਫੇ 'ਤੇ ਉਸ ਮੰਤਰੀ ਦੀ ਘਰਵਾਲੀ ਬੈਠੀ ਸੀ, ਉਹ ਉਹਨੂੰ ਆਇਓਡੈਕਸ ਦਿਖਾਈ ਜਾਵੇ, ਉੱਥੋਂ ਬੈਠੀ ਪਰਸ 'ਚੋਂ ਕੱਢੀ ਆਇਓਡੈਕਸ ਦਿਖਾਈ ਜਾਵੇ। ਰੈਲੀ ਖਤਮ ਹੋਈ, ਭਾਸ਼ਣ ਦੇ ਕੇ ਜਦੋਂ ਘਰ ਨੂੰ ਚੱਲੇ ਤਾਂ ਉਹ ਗੱਡੀ 'ਚ ਬੈਠਣ ਲੱਗੇ, ਪੁੱਛਦਾ ਵੀ ਤੂੰ ਮੈਨੂੰ ਆਇਓਡੈਕਸ ਕਿਉਂ ਦਿਖਾਈ ਜਾਂਦੀ ਸੀ?
ਮੇਰੇ ਕਿਹੜਾ ਕੋਈ ਸੱਟ ਲੱਗੀ ਹੈ, ਖਿਡਾਰੀਆਂ ਦੇ ਲੋੜ ਪੈਂਦੀ ਜਿਹੜੇ ਕਬੱਡੀ ਖੇਡਦੇ ਸੀ, ਮੈਨੂੰ ਕੋਈ ਲੋੜ ਪੈਣੀ ਹੈ? ਮੈਨੂੰ ਐਡਰੈਸ ਕਹਿ ਜਾਂਦੀ, ਕਹਿੰਦੇ ਵੀ ਤੈਨੂੰ ਹਜੇ ਲੋੜ ਨਹੀਂ, ਇਹਦੀ ਲੋੜ ਘਰ ਜਾ ਕੇ ਪੈਣੀ। ਮੈਂ ਤੈਨੂੰ ਤਾਂ ਦਿਖਾ ਰਹੀ ਸੀ ਜਿੱਦਾਂ ਹੱਸ ਹੱਸ ਕੇ ਹੀਰੋਇਨ ਦੇ ਨਾਲ ਗੱਲਾਂ ਕਰਦਾ ਸੀ ਨਾ, ਜਿਵੇਂ ਤੇਰਾ ਕੋਈ ਪਤਾ ਨਹੀਂ ਹੋਟਲ ਦਾ ਟਾਈਮ ਵੀ ਦੇ ਦਿੱਤਾ ਹੋਵੇ, ਅਤੇ ਇਹ ਆਇਓਡੈਕਸ ਦੀ ਲੋੜ ਤੈਨੂੰ ਘਰ ਜਾ ਕੇ ਪੈਣੀ ਆ। ਵੈਸੇ ਇੱਕ ਬੰਦਾ ਮੈਂ ਦੇਖਿਆ ਜਿਹੜਾ ਬਾਹਰ ਵੀ ਸ਼ੇਰ ਹੈ ਅਤੇ ਘਰੇ ਵੀ ਸ਼ੇਰ ਹੈ, ਮੈਂ ਆਪਣੀ ਗੱਲ ਨਹੀਂ ਕਰ ਰਿਹਾ ਜੀ, ਇੱਕ ਬੰਦਾ ਸਾਡੇ ਪਿੰਡ ਦਾ ਹੈਗਾ, ਉਹ ਬਾਹਰ ਵੀ ਸ਼ੇਰ ਹੈ, ਉਹ ਘਰੇ ਵੀ ਸ਼ੇਰ ਹੈ, ਕਿਉਂਕਿ ਉਹਦਾ ਨਾਂ ਹੀ ਸ਼ੇਰ ਸਿੰਘ ਹੈ, ਉਹ ਤਾਂ ਕੁਦਰਤੀ ਗੱਲ, ਫਿਰ ਬਾਹਰ ਵੀ ਸ਼ੇਰ, ਘਰੇ ਵੀ ਸ਼ੇਰ, ਅਦਰਵਾਈਜ਼ ਤੁਹਾਨੂੰ ਪਤਾ ਹੀ ਹੈ ਜੀ, ਜੇ ਲੀਡਰਾਂ ਨੂੰ ਆਇਓਡੈਕਸ ਦਿਖ ਸਕਦੀ ਆ ਤਾਂ ਅਸੀਂ ਤੁਸੀਂ ਕਿਹਦੇ ਪਾਣੀ ਹਾਰ ਹਾਂ। ਪਰਮਿੰਦਰ ਕੌਰ ਨਿੱਜਰ ਪੈਨਸਲਵੀਨੀਆ ਤੋਂ ਇਹਨਾਂ ਨੇ ਪੁੱਛਿਆ, ਕਹਿੰਦੇ ਵੀ ਕਹਾਵਤ ਹੈ ਕਿ ਸਾਉਣ ਦੇ ਮਹੀਨੇ ਤਾਂ ਗਧਾ ਵੀ ਘਾਹ ਨਹੀਂ ਖਾਂਦਾ, ਇਹਦਾ ਕੀ ਮਤਲਬ ਹੈ? ਦੇਖੋ ਜੀ, ਕਹਾਵਤਾਂ ਕਹਾਵਤਾਂ ਹੀ ਆ, ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਇੱਥੇ ਕਹਾਵਤਾਂ ਮੁਹਾਵਰੇ। ਸਾਉਣ ਦੇ ਮਹੀਨੇ ਗਧਾ ਘਾਹ ਕਿਉਂ ਨਹੀਂ ਖਾਂਦਾ, ਇਹ ਤਾਂ ਹੁਣ ਗਧੇ ਨੂੰ ਪੁੱਛਣਾ ਪਊ, ਮੈਂ ਕੀ ਦੱਸਾਂ ਜੀ, ਸਿੱਧੀ ਜੀ ਗੱਲ। ਹਾਂ, ਮੇਰਾ ਆਈਡੀਆ ਜਿਹੜਾ ਹੈ, ਹੋ ਸਕਦਾ ਹੈ ਗਧਾ ਨੌਨ ਵੈੱਜ ਹੋਵੇ, ਸਾਉਣ ਦੇ ਮਹੀਨੇ ਉਹ ਵੈੱਜ ਖਾਂਦਾ ਨਾ ਹੋਵੇ, ਇਸ ਕਰਕੇ ਉਹ ਘਾਹ ਨਹੀਂ ਖਾਂਦਾ ਹੋਣਾ। ਜਾਂ ਹੋ ਸਕਦਾ ਵੀ ਗਧੇ ਨੂੰ ਘਾਹ ਨਹੀਂ ਖਾਂਦਾ, ਗਾਜਰਾਂ ਗੁਜਰਾਂ ਖਾ ਕੇ, ਕਹਿੰਦੇ ਗਧੇ ਗਾਜਰਾਂ ਵੀ ਖਾ ਲੈਂਦੇ ਹੁੰਦੇ, ਗਾਜਰਾਂ ਖਾ ਕੇ ਢਿੱਡ ਭਰ ਲੈਂਦਾ ਹੁਣ, ਤਾਂ ਕਰਕੇ ਨਹੀਂ ਖਾਂਦਾ ਹੁਣ। ਵੈਸੇ ਜਿਹੜੀ ਇਹ ਕਹਾਵਤਾਂ ਇਹ ਬਣੀਆਂ ਜੀ, ਪਰਮਿੰਦਰ ਜੀ, ਇਹ ਸਾਨੂੰ ਬੜਾ ਕੁਛ ਸਿਖਾਉਂਦੀਆਂ ਹੁੰਦੀਆਂ, ਬੜੀ ਡੂੰਘੀ ਗੱਲ ਕਹਿ ਜਾਂਦੀਆਂ ਹੁੰਦੀਆਂ। ਸਾਉਣ ਦੇ ਮਹੀਨੇ ਗਧਾ ਵੀ ਘਾਹ ਨਹੀਂ ਖਾਂਦਾ, ਗਧਾ ਘਾਹ ਵੀ ਨਹੀਂ ਖਾਂਦਾ ਜਾਂ ਵੀ ਘਾਹ ਨਹੀਂ ਖਾਂਦਾ, ਇੱਕੋ ਹੀ ਗੱਲ ਹੈਗੀ ਹੈ। ਉਹਦਾ ਅਸਲ ਮਤਲਬ ਇਹ ਹੈ ਕਿ ਜਦੋਂ ਕਿਸੇ ਚੀਜ਼ ਦੀ ਬਹੁਤਾਤ ਹੋ ਜਾਂਦੀ ਹੈ, ਕਿਸੇ ਵੀ ਚੀਜ਼ ਦੀ ਬਹੁਤਾਤ ਹੋ ਜਾਂਦੀ, ਤਾਂ ਉਹਦੀ ਪੁੱਛਗਿੱਛ ਜਿਹੜੀ ਹੈ ਉਹ ਘੱਟ ਜਾਂਦੀ ਹੈ। ਹਾਂ, ਨਹੀਂ ਤਾਂ ਕਿਸੇ ਦੇ ਘਰ ਬਾਰ ਬਾਰ ਜਾ ਕੇ ਦੇਖੋ, ਪ੍ਰਾਹੁਣਾ ਜਿਹੜਾ ਕੋਈ ਬਾਰ ਬਾਰ ਆਉਂਦਾ, ਉਹਦੀ ਫਿਰ ਪਹਿਲਾਂ ਜਦੋਂ ਕੜਾਹ ਬਣਾ ਕੇ ਖਵਾਉਂਦੇ ਰੋਟੀ ਤੋਂ ਬਾਅਦ ਨਾਲ, ਜਾਂ ਖੀਰ ਬਣਦੀ ਹੁੰਦੀ ਹੈ, ਅਤੇ ਬਾਅਦ 'ਚ ਫਿਰ ਉਹੀ ਇਕੱਲੀ ਦਾਲ ਹੀ ਹੁੰਦੀ ਹੈ, ਅਤੇ ਨਾਲ ਅਚਾਰ ਰੱਖਿਆ ਹੁੰਦਾ, ਵੀ ਭਾਈ ਲੋੜ ਹੋਈ ਤਾਂ ਲੈ ਰਹੀ। ਸੋ ਇਹ ਚੀਜ਼ ਹੈਗੀ ਹੈ, ਕਹਾਵਤ ਇੱਦਾਂ ਬਣੀਆਂ ਹੁੰਦੀਆਂ। ਲਓ ਜੀ, ਅਗਲਾ ਜਿਹੜਾ ਹੈਗਾ ਅਰਵਿੰਦਰਪਾਲ ਸਿੰਘ ਆਕਸਫੋਰਡ ਤੋਂ ਪੁੱਛਿਆ, ਬਹੁਤ ਵਧੀਆ ਸਵਾਲ ਹੈ, ਵਿਸ਼ਾ ਵੀ ਕੀਤਾ ਸੀ ਮੈਂ, ਕਿ ਪੰਜਾਬ ਦੇ ਲੀਡਰ ਜ਼ਿਆਦਾ ਪੜ੍ਹੇ ਲਿਖੇ ਨਹੀਂ ਹਨ। ਬਿਲਕੁਲ ਜੀ, ਪੜ੍ਹੇ ਲਿਖੇ ਨਹੀਂ ਹਨ, ਪੰਜਾਬ ਹੀ ਹੈ ਇੱਕੋ ਇੱਕ ਭਾਰਤੀ ਹੈ ਦੇਸ਼ ਇਹੋ ਜਿਹਾ ਜਿੱਥੇ ਜਿਹੜਾ ਸਿੱਖਿਆ ਮੰਤਰੀ ਹੈ ਉਹ ਵੀ ਪੰਜਵੀਂ ਪਾਸ ਜਾਂ ਦਸਵੀਂ ਪਾਸ ਹੋ ਸਕਦਾ, ਦੋਵੇਂ ਪੰਜਵੀਂ ਦਸਵੀਂ ਵਾਲੇ ਯਾਦ ਆ ਗਏ ਹੁਣ, ਕਿਹੜੇ ਕਿਹੜੇ ਸੀਗੇ ਪੰਜਾਬ ਦੇ ਵਿੱਚ ਪਤਾ ਸਾਰਿਆਂ ਨੂੰ। ਅਤੇ ਸਵਾਲ ਪੜ੍ਹ ਲਈਏ ਪਹਿਲਾਂ, ਪੰਜਾਬ ਦੇ ਲੀਡਰ ਪੜ੍ਹੇ ਲਿਖੇ ਨਹੀਂ ਹਨ, ਫਿਰ ਵੀ ਪੰਜਾਬ ਦੇ ਪੜ੍ਹੇ ਲਿਖੇ ਅਫਸਰਾਂ 'ਤੇ, IAS ਅਫਸਰਾਂ 'ਤੇ ਰੋਬ ਜਮਾਉਂਦੇ ਹਨ, ਐਸਾ ਕਿਉਂ? ਐਸਾ ਕਿਉਂ? ਐਸਾ ਹੀ ਹੈ ਜੀ, ਐਸਾ ਹੀ ਹੈ, ਸਿਰਫ ਭਾਰਤ ਇੱਕੋ ਇੱਕ ਦੇਸ਼ ਇਹੋ ਜਿਹਾ ਜਿੱਥੇ ਇਹੋ ਜਿਹਾ ਮਾਹੌਲ ਹੈ, ਕਿਸੇ ਹੋਰ ਮੁਲਕ 'ਚ ਨਹੀਂ ਮੈਂ ਦੇਖਿਆ। ਮੈਨੂੰ ਲੱਗਦਾ ਪਾਕਿਸਤਾਨ ਜਾਂ ਏਸ਼ੀਆ ਦੇ ਆਪਣੇ ਉੱਧਰ ਉੱਧਰ ਹੀ ਹੈ, ਹੋਰ ਇੱਧਰਲੇ ਬਾਹਰਲੇ ਮੁਲਕਾਂ 'ਚ, ਇੰਨੇ ਮੁਲਕਾਂ 'ਚ ਕਹਿੰਦਾ, ਕਿਤੇ ਇਹ ਮਾਹੌਲ ਨਹੀਂ ਦੇਖਿਆ ਵੀ ਲੀਡਰ ਜਿਹੜੇ ਆ ਪਹਿਲੀ ਗੱਲ ਤਾਂ ਘੱਟ ਪੜ੍ਹੇ ਲਿਖੇ ਹੋਣ, ਅਤੇ ਦੂਜੀ ਗੱਲ ਇਹ ਹੈ ਵੀ ਜਿੰਨੇ ਮਰਜ਼ੀ ਪੜ੍ਹੇ ਲਿਖੇ ਵੀ ਹੋਣ, ਜਿੱਡਾ ਮਰਜ਼ੀ ਵੱਡਾ ਲੀਡਰ ਹੋਵੇ, ਅਫਸਰਾਂ ਦੇ ਉੱਤੇ ਰੋਬ ਉਹ ਨਹੀਂ ਜਮਾਉਂਦਾ। ਸਿਰਫ ਭਾਰਤ ਦੇ ਵਿੱਚ ਇਹ ਚੀਜ਼ ਹੈਗੀ ਹੈ ਜੀ, ਕਿ ਕੋਈ ਵੀ ਨੌਕਰੀ ਕਰਨ ਵਾਸਤੇ, ਛੋਟੀ ਤੋਂ ਛੋਟੀ ਨੌਕਰੀ ਵੀ ਕਰਨੀ, ਜੇ ਕੋਈ PN ਦੀ ਨੌਕਰੀ ਵੀ ਕਰਨੀ, ਤਾਂ ਉਹਦੇ ਵਾਸਤੇ ਕੋਈ ਨਾ ਕੋਈ ਘੱਟੋ ਘੱਟ ਯੋਗਤਾ ਤੈਅ ਕੀਤੀ ਹੁੰਦੀ ਹੈ ਵੀ ਇੱਦੂ ਘੱਟ ਪੜ੍ਹਿਆ ਲਿਖਿਆ ਇਸ ਨੌਕਰੀ 'ਤੇ ਨਹੀਂ ਰੱਖਣਾ, ਅਤੇ ਲੀਡਰ ਬਣਨ ਵਾਸਤੇ ਕੋਈ ਯੋਗਤਾ ਨਹੀਂ, ਅਨਪੜ੍ਹ ਚੱਲੂ ਕੋਈ, ਸਭ ਕੁਝ ਲੀਡਰ ਬਣਨ ਵਾਸਤੇ ਸਾਰਾ ਕੁਛ ਠੀਕ ਹੈ। ਭਾਰਤੀ ਇਹ ਦੇਸ਼ ਹੈ ਜੀ ਜਿੱਥੇ ਜੇ ਸਰਕਾਰੀ ਮੁਲਾਜ਼ਮ ਜਿਹੜਾ ਕੋਈ ਨੌਕਰੀ ਕਰਦਾ, ਅਤੇ ਉਹ ਦੋ ਰਾਤਾਂ ਜੇ ਜੇਲ੍ਹ ਵਿੱਚ ਕੱਟਿਆ, ਥਾਣੇ 'ਚ ਕੱਟਿਆ ਹੋਵੇ, ਤਾਂ ਉਹਨੂੰ ਸਸਪੈਂਡ ਕਰ ਦਿੰਦੇ ਆ। ਅਤੇ ਭਾਰਤ ਹੀ ਇਹ ਦੇਸ਼ ਹੈ ਜਿੱਥੇ ਲੀਡਰ ਵੱਧ ਤੋਂ ਵੱਧ, ਜਿੰਨਾ ਵੱਧ ਜੇਲ੍ਹਾਂ 'ਚ ਰਹਿਣ, ਓਨਾ ਹੀ ਉਹ ਵੱਡਾ ਲੀਡਰ ਗਿਣਿਆ ਜਾਂਦਾ, ਠੀਕ ਹੈ ਜੀ। ਔਰ ਬੈਂਕ 'ਚ ਨੌਕਰੀ ਲੈਣੀ ਆ, ਕਿਤੇ ਨੌਕਰੀ ਲੈਣੀ ਆ, ਤਾਂ ਤੁਹਾਨੂੰ MA BA ਦੀ ਜਿਹੜੀ ਯੋਗਤਾ ਚਾਹੀਦੀ ਹੈ, ਅਤੇ ਲੀਡਰ ਬਣਨ ਵਾਸਤੇ ਕੋਈ ਯੋਗਤਾ ਨਹੀਂ, ਸਿੱਖਿਆ ਮੰਤਰੀ ਵੀ ਅਨਪੜ੍ਹ ਲੱਗ ਸਕਦੇ ਨੇ। ਸਭ ਤੋਂ ਵੱਡੀ ਗੱਲ ਕਿ ਫੌਜ ਦੀ ਭਰਤੀ ਹੁੰਦੀ ਹੈ, ਫੌਜ ਦੇ ਵਿੱਚ ਬਕਾਇਦਾ ਪੜ੍ਹਾਈ ਲਿਖਾਈ ਚੱਲਦੀ ਹੈ, ਬਕਾਇਦਾ ਮਿਹਨਤ ਹੁੰਦੀ ਹੈ, ਟ੍ਰੇਨਿੰਗ ਕਿੰਨੀ ਸਖਤ ਹੁੰਦੀ ਫੌਜ ਦੀ, ਫਿਰ ਜਾ ਕੇ ਫੌਜ ਦੇ ਵਿੱਚ ਨੌਕਰੀ ਮਿਲਦੀ ਹੈ। ਅਤੇ ਡਿਫੈਂਸ ਮਿਨਿਸਟਰ ਜਿਹੜੇ ਸਾਡੇ ਹੈਗੇ ਨੇ, ਚਾਹੇ ਗ੍ਰਹਿ ਮੰਤਰੀ ਕਹਿ ਲਓ, ਉਹਨਾਂ ਦੇ ਭਾਵੇਂ ਗੋਡੇ ਵੀ ਨਕਲੀ ਹੋਣ, ਉਹ ਗ੍ਰਹਿ ਮੰਤਰੀ ਬਣ ਜਾਂਦੇ ਆ। ਅਤੇ ਇੱਕ ਹੋਰ ਛੋਟੀ ਜਿਹੀ ਗੱਲ ਦੱਸਦੇ, ਹੈ ਤਾਂ ਪੜਦੇ ਦੀ ਗੱਲ, ਅੰਦਰ ਦੀ ਗੱਲ ਹੀ। ਵੈਸੇ ਤਾਂ ਭਾਰਤੀ ਇੱਕੋ ਇੱਕ ਦੇਸ਼ ਹੈ ਜੀ ਜਿੱਥੇ ਨੌਕਰੀ ਵਾਸਤੇ ਜਾਂ ਕੋਈ ਵੀ ਕੰਮ ਕਰਨ ਵਾਸਤੇ ਅਕਲ ਦੀ ਲੋੜ ਹੈ, ਪਰ ਲੀਡਰ ਬਣਨ ਵਾਸਤੇ ਇਹਦੀ ਵੀ ਕੋਈ ਲੋੜ ਨਹੀਂ। ਚਲੋ ਖੈਰ, ਕੀ ਲੈਣਾ ਆਪਾਂ, ਇੱਕ ਅੱਧਾ ਸਵਾਲ ਹੋਰ ਪੜ੍ਹਦੇ ਹਾਂ, ਉਧਰੋਂ ਬ੍ਰੇਕ ਦਾ ਵੀ ਸਮਾਂ ਹੋ ਗਿਆ।
ਇੱਕ ਸਵਾਲ ਇਹ ਪੜ੍ਹਦੇ ਹਾਂ ਜੀ, ਇਹਨਾਂ ਨੇ ਕਿਹਾ ਵੀ ਕੀ ਵਿਆਹਿਆ ਬੰਦਾ ਜ਼ਿਆਦਾ ਦੁਖੀ ਹੈ ਕਿ ਕੁਆਰਾ ਬੰਦਾ? ਇਹ ਕਿਹੜਾ ਸਵਾਲ ਹੋਇਆ ਜੀ ਇਹਦਾ? ਚਲੋ, ਅਮਜਦ ਮਸੀਹ ਨੇ ਨਿਊਯਾਰਕ ਤੋਂ ਸਵਾਲ ਪੁੱਛਿਆ, ਜਵਾਬ ਦੇਣਾ ਫਰਜ਼ ਬਣਦਾ ਮੇਰਾ, ਕਿ ਵਿਆਹਿਆ ਬੰਦਾ ਜ਼ਿਆਦਾ ਦੁਖੀ ਹੈ ਕਿ ਛੜਾ ਬੰਦਾ, ਕੁਆਰਾ ਜਾਂ ਕਹਿ ਲਓ ਜੋ ਵੀ ਹੈਗਾ, ਇਕੱਲਾ ਬੰਦਾ ਕਹਿ ਲਓ। ਇੱਕ ਜਗ੍ਹਾ ਦੋ ਬੰਦੇ ਬੈਠੇ ਸੀ ਇਕੱਠੇ, ਕਿਤੇ ਚਾਹ ਪਾਣੀ ਪੀ ਰਹੇ, ਕਿਤੇ ਰੈਸਟੋਰੈਂਟ 'ਚ ਬੈਠੇ ਹੋਣੇ ਆ। ਦੋਨਾਂ ਦੇ ਆਪਸ 'ਚ ਗੱਲਬਾਤ ਸ਼ੁਰੂ ਹੋਈ ਅਤੇ ਪਤਾ ਲੱਗਾ ਜੀ ਇੱਕ ਬੰਦੇ ਦਾ ਤਾਜ਼ਾ ਵਿਆਹ ਹੋਇਆ ਅਤੇ ਦੂਜੇ ਬੰਦੇ ਨੇ ਤਾਜ਼ਾ ਤਲਾਕ ਲਿਆ, ਜਾਣੀ ਕਿ ਡਾਈਵੋਰਸ ਲਿਆ। ਜਿਹਨੇ ਡਾਈਵੋਰਸ ਲਿਆ ਸੀ ਉਹ ਨਵੇਂ ਵਿਆਹੇ ਬੰਦੇ ਨੂੰ ਪੁੱਛਦਾ ਵੀ ਭਰਾ ਤੂੰ ਵਿਆਹ ਕਿਉਂ ਕਰਾਇਆ? ਉਹ ਕਹਿੰਦਾ ਜੀ ਮੈਂ ਬਹੁਤ ਦੁਖੀ ਸੀ ਇਕੱਲਾ ਰਹਿ ਕੇ, ਰੋਜ਼ ਭਾਂਡੇ ਮਾਂਜੋ, ਰੋਜ਼ ਸਫਾਈਆਂ ਕਰੋ, ਕੱਪੜੇ ਧੋਵੋ, ਆਹ ਸਾਰੇ ਕੰਮ ਕਰਨ ਤੋਂ ਮੈਂ ਬਹੁਤ ਦੁਖੀ ਸੀ, ਇਸ ਕਰਕੇ ਮੈਂ ਵਿਆਹ ਕਰਾਇਆ। ਅਤੇ ਉਹ ਕਹਿੰਦਾ ਭਾਈ ਸਾਹਿਬ ਤੁਸੀਂ ਤਲਾਕ ਕਿਉਂ ਲਿਆ? ਜਿਹੜੇ ਬੰਦੇ ਨੇ ਵਿਆਹ ਕਰਾਇਆ ਸੀ ਉਹ ਕਹਿੰਦੇ ਤੁਸੀਂ ਤਲਾਕ ਕਿਉਂ ਲਿਆ? ਕਹਿੰਦਾ ਭਰਾਵਾ ਸੇਮ ਪ੍ਰੋਬਲਮ ਮੇਰੀ ਸੀ, ਮੈਂ ਭਾਂਡੇ ਧੋਣ ਤੋਂ, ਸਫਾਈਆਂ ਕਰਨ ਤੋਂ, ਕੱਪੜੇ ਧੋਣ ਤੋਂ, ਸਾਰੇ ਘਰ ਦੇ ਕੰਮ ਕਰਨ ਤੋਂ ਬਹੁਤ ਦੁਖੀ ਸੀ, ਇਸ ਕਰਕੇ ਮੈਂ ਤਲਾਕ ਲੈ ਲਿਆ। ਸੋ ਜਿੰਮੀ ਸਾਹਿਬ ਤੁਸੀਂ ਵਿਆਹ ਕਰਾਉਣ ਦੀ ਪਲੈਨਿੰਗ ਕਰ ਰਹੇ ਹੋ ਅਤੇ ਦੇਖ ਲਿਓ ਵੀ ਦੋਹਾਂ 'ਚੋਂ ਕਿਹੜਾ ਤੁਸੀਂ ਕਿਹੜਾ ਨਹੀਂ। ਖੈਰ ਗੱਲਾਂ ਬਾਤਾਂ ਸ਼ੁਕਰ ਮਿਲਦੀ ਹੈ, ਚੱਲਦੀਆਂ ਰਹਿੰਦੀਆਂ। ਬ੍ਰੇਕ ਤੋਂ ਬਾਅਦ ਫਿਰ ਇਸੇ ਤਰ੍ਹਾਂ ਗੱਲਾਂ ਬਾਤਾਂ ਸਿਲਸਿਲਾ ਜਾਰੀ ਰੱਖਾਂਗੇ, ਪਰ ਮੈਂ ਇੱਕ ਗੱਲ ਫਿਰ ਜਿਹੜੀ ਕਹਿਣੀ ਚਾਹੁੰਦਾ ਕਿ ਆਪਣੇ ਆਪਣੇ ਇਲਾਕੇ ਦਾ ਹਾਲ ਜ਼ਰੂਰ ਦੱਸਿਓ, ਜੇ ਕਿਤੇ ਪ੍ਰੋਬਲਮ ਇਹ ਹੈਗੀ ਆ ਵੀ ਸੁੱਖ ਸਾਂਦ ਹੈ ਸਾਰੇ। ਅੱਜ ਸਭ ਤੋਂ ਇੱਕ ਹੋਰ ਦੁੱਖ ਦੀ ਖਬਰ, ਚਲੋ ਦੁੱਖ ਸੁੱਖ ਨਾਲ ਨਾਲ ਚੱਲਦੇ ਰਹਿੰਦੇ, ਗੱਲਾਂ ਪਤਾ ਚੱਲਦੀ ਰਹਿੰਦੀ। ਦੁੱਖ ਦੀ ਖਬਰ ਇੱਕ ਇਹ ਆਈ ਸੀ ਕਿ ਮਨੀਕਰਨ ਸਾਹਿਬ ਵਿਖੇ ਜਿਹੜਾ ਗੁਰਦੁਆਰਾ ਸਾਹਿਬ ਆ ਉਹਦੇ ਉੱਪਰ ਵੀ ਇੱਕ ਚਟਾਨ ਡਿੱਗ ਪਈ, ਪਹਾੜ ਖਿਸਕ ਕੇ ਡਿੱਗਿਆ ਅਤੇ ਉੱਥੇ ਵੀ 10 ਮੌਤਾਂ ਹੋ ਗਈਆਂ। ਸੋ ਚਾਰ ਚੁਫੇਰੇ ਐਸਾ ਮਾਹੌਲ ਆ ਪੰਜਾਬ ਦੇ ਵਿੱਚ, ਫਿਰ ਵੀ ਉਹਦੇ ਵਿੱਚੋਂ ਕੋਸ਼ਿਸ਼ ਕਰਦੀ ਮਾੜੀ ਮੋਟੀ ਗੱਲਬਾਤ ਜਿਹੜੀ ਤੁਹਾਡੇ ਨਾਲ ਕਰਨ ਦੀ। ਫਿਲਹਾਲ ਬ੍ਰੇਕ ਲੈਂਦੇ ਹਾਂ, ਤੁਸੀਂ ਦੇਖਦੇ ਰਹੋ ਜਸ ਪੰਜਾਬੀ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਪ੍ਰੋਗਰਾਮ ਜ਼ਾਈਨੂ ਜਲਵੇ ਜੱਗੀ ਦੇ ਦੇਖਣ ਵਾਲੇ ਸਾਰੇ ਪੰਜਾਬੀਆਂ ਦਾ ਫਿਰ ਇੱਕ ਵਾਰ ਸਵਾਗਤ ਕਰਦੇ ਹਾਂ ਜੀ ਅੱਜ ਦੇ ਲਾਈਵ ਸ਼ੋਅ ਦੇ ਵਿੱਚ। ਜਿਵੇਂ ਮੈਂ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਗੱਲ ਕੀਤੀ ਸੀ ਕਿ ਅੱਜ ਕੁਛ ਨਾ ਕੁਛ ਜਾਣਕਾਰੀ ਵੀ ਜ਼ਰੂਰ ਹਾਸਲ ਕਰਾਂਗੇ। ਇੱਕ ਆ ਹੁਣ ਤੀਆਂ ਦੇ ਮੇਲੇ ਲੰਘ ਕੇ ਗਏ ਨੇ, ਹੁਣ ਤੀਆਂ ਦੇ ਮੇਲੇ ਹੀ ਬਹੁਤ ਲੱਗੇ ਸੀ ਅਤੇ ਤੀਆਂ ਦਾ ਮਹੀਨਾ ਜਿਹੜਾ ਸਾਉਣ ਦਾ ਹੁੰਦਾ ਉਹ ਵੀ ਖਤਮ ਹੋਇਆ। ਅਤੇ ਅਗਰ ਅਸੀਂ ਗੱਲ ਕਰੀਏ ਅੱਜ ਰੀਤੀ ਰਿਵਾਜ਼ਾਂ ਦੀ ਤਾਂ ਸਾਰਾ ਕੁਛ ਤਕਰੀਬਨ ਅਲੋਪ ਹੋ ਗਿਆ। ਜਿੱਥੇ ਰੀਤੀ ਰਿਵਾਜ਼ ਤਾਂ ਅਲੋਪ ਹੋਏ ਹੋਏ ਨੇ, ਨਾਲ ਦੀ ਨਾਲ ਸ਼ਬਦ ਵੀ ਅਲੋਪ ਹੋ ਗਏ ਜਿਹੜੇ ਸੀ, ਸ਼ਬਦ ਉਦੋਂ ਹੁੰਦੇ ਸੀਗੇ। ਅੱਜ ਦੀ ਜਿਹੜੀ ਨਵੀਂ ਪੀੜ੍ਹੀ ਹੈ ਤੁਸੀਂ ਦੇਖਿਆ ਹੀ ਹੈ, ਉਹ ਆਹ ਵਟਸਅਪ 'ਤੇ, ਫੇਸਬੁੱਕ 'ਤੇ ਸਾਰਾ ਦਿਨ ਉਹ ਕਰਕੇ ਇੱਧਰੋਂ ਉੱਧਰੋਂ ਸੈਂਡ ਕਰਕੇ, ਮਤਲਬ ਨਾ ਉਹਦੇ 'ਚ ਕੋਈ ਮੁਹੱਬਤ ਹੈ, ਮੁਹੱਬਤਾਂ ਤੋਂ ਕੋਰੇ ਜਿਹੜੇ ਪੰਨੇ ਨੇ ਉਹਨਾਂ ਦੇ ਉੱਪਰ ਅੰਗੂਠਾ ਲਾਈਕ ਕਰਤਾ, ਕਿਸੇ ਦਾ ਉਹ ਕਰਤਾ, ਸਾਰਾ ਦਿਨ ਇਸੇ ਕੰਮ 'ਚ ਗੁਜ਼ਾਰ ਕੇ ਅਤੇ ਸ਼ਾਮੀ ਅਖੀਰ ਦੇ ਵਿੱਚ ਡਿਲੀਟ ਵਾਲਾ ਡਬਨ ਡਿਲੀਟ ਦੱਬ ਕੇ ਜਦੋਂ ਸਾਰਾ ਕੁਛ ਡਿਲੀਟ ਕਰਕੇ ਅਤੇ ਕੰਮ ਖਤਮ। ਪੁਰਾਣੇ ਸ਼ਬਦਾਂ ਦੀ ਜਾਂ ਰੀਤੀ ਰਿਵਾਜ਼ਾਂ ਦੀ ਗੱਲ ਕਰੀਏ ਤਾਂ ਇੱਕ ਤੀਆਂ ਦੇ ਆਖਰੀ ਦਿਨ, ਪਤਾ ਹੋਏਗਾ ਬੀਬੀਆਂ ਭੈਣਾਂ ਨੂੰ, ਸਾਰਿਆਂ ਨੂੰ ਹੀ ਪਤਾ ਹੋਏਗਾ, ਉਹ ਸ਼ਬਦ ਮੈਂ ਨਹੀਂ ਸੁਣਿਆ ਕਿਸੇ ਦੇ ਮੂੰਹੋਂ, ਪਰ ਮੈਨੂੰ ਇਹ ਲੱਗਿਆ ਕਿ ਮੈਨੂੰ ਤੁਹਾਡੇ ਨਾਲ ਸਾਂਝਾ ਕਰ ਲੈਣਾ ਚਾਹੀਦਾ। ਇੱਕ ਬੱਲੋ ਪਾਈ ਦੀ ਸੀ, ਬੱਲੋ। ਮੈਂ ਜਾਣਨਾ ਚਾਹਾਂਗਾ ਸਾਡੇ ਦਰਸ਼ਕਾਂ ਕੋਲੋਂ ਕਿ ਉਹ ਬੱਲੋ ਕੀ ਹੁੰਦੀ ਸੀ, ਬੱਲੋ ਦੇ ਵਿੱਚ ਕੀ ਹੁੰਦਾ ਸੀ, ਤੀਆਂ ਦਾ ਆਖਰੀ ਦਿਨ ਬੱਲੋ ਪਾਉਣਾ ਭੁੱਲ ਗਏ। ਬੱਲੋ ਨਾਮ ਵੀ ਮੇਰੇ ਖਿਆਲ ਜੇ ਅਸੀਂ ਗੱਲ ਕਰੀਏ, ਸਾਡੇ ਨਵੀਂ ਪੀੜ੍ਹੀ ਦੀ ਗੱਲ ਕਰੀਏ ਜਾਂ ਮੇਰੇ ਵਰਗਿਆਂ ਦੀ ਵੀ ਗੱਲ ਕਰੀਏ, ਤਾਂ ਸ਼ਾਇਦ ਬੱਲੋ ਪਾਉਣ ਦਾ ਮਤਲਬ ਵਾਲੇ ਲੋਕਾਂ ਨੂੰ ਨਹੀਂ ਪਤਾ ਹੋਣਾ। ਬੱਲੋ ਹੋ ਸਕਦਾ ਕਿਸੇ ਕੁਝ ਇੱਕ ਇਲਾਕਿਆਂ ਦਾ ਇਹ ਰੀਤੀ ਰਿਵਾਜ਼ ਹੋਵੇ, ਪਰ ਤੀਆਂ ਸਭ ਇਲਾਕਿਆਂ ਦਾ ਰੀਤੀ ਰਿਵਾਜ਼ ਹੈਗਾ। ਤੁਹਾਡੀਆਂ ਕਾਲਾਂ ਲੈਂਦੇ ਹਾਂ, ਜਾਣਦੇ ਤੁਹਾਡੇ ਵਿਚਾਰ, ਬੱਲੋ ਪਾਉਣਾ ਕੀ ਹੁੰਦਾ ਸੀ, ਜਦੋਂ ਸਾਨੂੰ ਬੱਲੋ ਦਾ ਪੂਰਾ ਜਵਾਬ ਮਿਲ ਗਿਆ ਅਤੇ ਉਦੋਂ ਅਸੀਂ ਫਿਰ ਅਗਲੀ ਜਿਹੜੀ ਗੱਲ ਹੈ ਜਾਂ ਅਗਲਾ ਕਿਹੜਾ ਰੀਤੀ ਰਿਵਾਜ਼ ਹੈ ਕੋਈ ਉਹ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ। ਪਰ ਪਹਿਲਾਂ ਮੈਂ ਜਾਣਨਾ ਚਾਹੁੰਦਾ ਬੱਲੋ ਪਾਉਣਾ ਕੀ ਹੁੰਦਾ ਸੀ ਤੀਆਂ ਦੇ ਆਖਰੀ ਦਿਨ ਅਤੇ ਉਹਦੇ 'ਚ ਕੀ ਕੀਤਾ ਜਾਂਦਾ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ, ਅਤੇ ਨਾਲ ਦੀ ਨਾਲ ਪਿੰਡਾਂ ਦਾ ਹਾਲ ਜ਼ਰੂਰ ਸਾਂਝਾ ਕਰਿਓ, ਚੰਗਾ ਲੱਗੂਗਾ ਸਾਡੇ ਦਰਸ਼ਕਾਂ ਨੂੰ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ, ਤੁਹਾਡੀ ਕਾਲ ਲੱਗ ਗਈ ਜੀ ਲਾਈਵ, ਸਤਿ ਸ਼੍ਰੀ ਅਕਾਲ ਜੀ। ਜੀ ਸਰ, ਕੌਣ ਬੋਲਦੇ? ਜੀ ਸਰ, ਸੈਕਰਾਮੈਂਟੋ ਤੋਂ ਮੈਂ ਬੋਲਦਾ, ਤੁਸੀਂ ਆਪਣਾ ਨਾਂ ਦੱਸ ਦਿਓ ਜੀ। ਮੇਰਾ ਨਾਮ ਜਗਤਾਰ ਜੱਗੀ ਹੈ ਜੀ। ਮੈਂ ਬੋਲ ਰਿਹਾ ਜੀ। ਸਰ ਤੁਸੀਂ ਆਪਣਾ ਨਾਮ ਦੱਸੋ। ਕੇਦਾਰਨਾਥ। ਕੇਦਾਰਨਾਥ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਮੇਰੇ ਖਿਆਲ ਪਹਿਲੀ ਵਾਰ ਕਾਲ ਕਰੀਏ ਜੀ ਕੇਦਾਰਨਾਥ ਜੀ। ਮੈਂ ਬੜੀ ਵਾਰੀ ਕਰਦਾ, ਪਰ ਚੁੱਕਦਾ ਹੀ ਨਹੀਂ ਅੱਗੋਂ। ਨਹੀਂ ਨਹੀਂ ਨਹੀਂ, ਉਹ ਫਿਰ ਕਾਲਾਂ ਜ਼ਿਆਦਾ ਹੁੰਦੀਆਂ। ਅੱਜ ਤੁਹਾਡੀ ਪਹਿਲੀ ਕਾਲ ਲੱਗੀ ਤਾਂ ਕੀ ਕਹਿਣਾ ਚਾਹੁੰਦੇ ਜੀ? ਬੱਲੋ ਪਹੁੰਚਣਾ ਚਾਹੁੰਦਾ ਜਿਹੜੀ ਤੁਹਾਡੀ ਨਿਊਜ਼ ਆ ਨਾ। ਹਾਂਜੀ, ਕਿਹੜੇ ਜੀ?
ਮਨੀ ਮਾਰਕੀਟ ਤੱਕ ਤਾਂ ਡਾਲਰ ਦੀ ਕੀਮਤ ਇਹ ਵੀ ਤੁਸੀਂ ਦੱਸਦੇ ਨਹੀਂ ਉਹ ਵੀ ਦੱਸਦਾ ਕਰਾਂਗੇ ਡਾਲਰ ਦੀ ਕੀਮਤ ਪਤਾ ਹੀ ਹੈ ਜੀ ਇੰਡੀਆ ਭੇਜਣੇ ਹੁੰਦੇ ਪੈਸੇ ਪੂਸੇ ਤੁਸੀਂ ਹਾਂ ਵਾਹ ਜੀ ਵਾਹ ਚਲੋ ਚੰਗੀ ਗੱਲ ਹੈ ਅੱਜ ਕੱਲ੍ਹ ਮੇਰੇ ਖਿਆਲ 70-75 ਦੇ ਲਾਗੇ ਹੈਗੀ ਵਧੀਆ ਰੇਟ ਨੇ ਅੱਜ ਕੱਲ੍ਹ ਭੇਜ ਦਿਓ ਭੇਜਣ ਅਸੀਂ ਕਰ ਦਾਂਗੇ ਜੀ ਛੇਤੀ ਤੁਹਾਡਾ ਆਈਡੀਆ ਬਹੁਤ ਵਧੀਆ ਸੁਝਾਅ ਤੁਹਾਡਾ ਵਧੀਆ ਅਤੇ ਅੱਛਾ ਤੁਹਾਨੂੰ ਪੰਜਾਬ ਦੇ ਬਾਰੇ ਪਤਾ ਤੀਆਂ ਦੇ ਵਿੱਚ ਕੀ ਹੁੰਦਾ ਸੀ ਉਹ ਤਾਂ ਸਭ ਕੁਛ ਪਤਾ ਅਸੀਂ ਵੇਹਨੇ ਹੀ ਟੀਵੀ ਆ ਤੁਹਾਡੀ ਆ ਜਸ ਬਾਕੀ ਕੋਈ ਵੇਹਦੇ ਹੀ ਨਹੀਂ ਅਸੀਂ ਅੱਛਾ ਚਲੋ ਜੀ ਬਹੁਤ ਮਿਹਰਬਾਨੀ ਪਿਆਰ ਹੈ ਜੀ ਤੁਹਾਡਾ ਬੜਾ ਪਿਆਰ ਹੈ ਕਦੋਂ ਸ਼ੁਰੂ ਕਰੋਗੇ ਇਹ ਛੇਤੀ ਜੀ ਮੈਂ ਅੱਜ ਈਮੇਲ ਪਾ ਦੂੰਗਾ ਤੁਹਾਡੇ ਸੁਝਾਅ ਜਿਹੜੇ ਹੈਗੇ ਨੇ ਅਤੇ ਜ਼ਰੂਰ ਅਸੀਂ ਖਬਰਾਂ ਦੇ ਅਖੀਰ ਦੇ ਵਿੱਚ ਅਸੀਂ ਜ਼ਰੂਰ ਦਿਖਾਇਆ ਕਰਾਂਗੇ ਇਹ ਤੁਹਾਡਾ ਆਈਡੀਆ ਮੈਨੂੰ ਵਧੀਆ ਲੱਗਿਆ ਹਾਂਜੀ ਬਹੁਤ ਮਿਹਰਬਾਨੀ ਕੇਦਾਰਨਾਥ ਜੀ ਪੰਜਾਬ ਤੋਂ ਕਿਹੜਾ ਏਰੀਆ ਅੰਮ੍ਰਿਤਸਰ ਅੰਮ੍ਰਿਤਸਰ ਖੈਰ ਸੁੱਖ ਹੈ ਹੜ੍ਹਾਂ ਤੋਂ ਹਾਂਜੀ ਹੜ੍ਹਾਂ ਤੋਂ ਬਚਾ ਹੜ੍ਹਾਂ ਤੋਂ ਅੰਮ੍ਰਿਤਸਰ 'ਚ ਤੁਹਾਡੇ ਏਰੀਏ 'ਚ ਕਿਹੜਾ ਹੜ੍ਹ ਜਿਹੜੇ ਆਏ ਹੋਏ ਨੇ ਹੜ੍ਹ ਫਲੱਡ ਬਹੁਤ ਬਹੁਤ ਬੁਰਾ ਹਾਲ ਵਾ ਜੀ ਅੰਮ੍ਰਿਤਸਰ ਵੀ ਚਲੋ ਮਿਹਰਬਾਨੀ ਜੀ ਕਾਲ ਕਰਨ ਵਾਸਤੇ ਤੁਹਾਡਾ ਬੜਾ ਧੰਨਵਾਦ ਜੀ ਹੈਲੋ ਹੈਲੋ ਜੀ ਸਤਿ ਸ਼੍ਰੀ ਅਕਾਲ ਹੈਲੋ ਸਤਿ ਸ਼੍ਰੀ ਅਕਾਲ ਜੀ ਜੀ ਸਰਦਾਰ ਗਿਆਨ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਮੈਂ ਤੁਹਾਡੇ ਦੋ ਕੁਐਸਚਨ ਸੁਣੇ ਆ ਜੀ ਇੱਕ ਤੇ ਬੀਬੀ ਨੇ ਪੁੱਛਿਆ ਬਾਹਰ ਮੀਆਂ ਸ਼ੇਰ ਤੇ ਘਰ ਢੇਰ ਇਹ ਸਾਰਿਆਂ ਤੇ ਲਾਗੂ ਨਹੀਂ ਕਰ ਸਕਦੀ ਬੀਬੀ ਅੱਛਾ ਜੀ ਠੀਕ ਹੈ ਜੀ ਜੇ ਉਹ ਹਲੇ ਵੀ ਨਹੀਂ ਮੰਨਦੀ ਮੇਰੇ ਨਾਲ ਗੱਲ ਕਰਾ ਦਿਓ ਠੀਕ ਹੈ ਨਹੀਂ ਉਹ ਚੁਗਲ ਮਿਲਣ ਦੀਆਂ ਗੱਲਾਂ ਆਪਾਂ ਇੱਕੋ ਜੇ ਅੰਦਰ ਬਾਹਰ ਜੀ ਠੀਕ ਜਿਹੜਾ ਬੰਦਾ ਥੱਲੇ ਲੱਗਾ ਜਨਾਨੀ ਦੇ ਦਾਜ ਦੇ ਵਿੱਚ ਬਹੁਤਾ ਲਿਆ ਉਹਨੇ ਵੱਡੇ ਘਰ ਦੀ ਲੈ ਲਈ ਉਹ ਤਾਂ ਲੱਗ ਸਕਦਾ ਜਦੋਂ ਰਿਸ਼ਤਾ ਹੀ ਬਰਾਬਰ ਦਾ ਕੀਤਾ ਫੇਰ ਫਰਕ ਆ ਦਾ ਅੰਦਰ ਬਾਹਰ ਸਾਡਾ ਇਹਦੇ ਚ ਪਤਾ ਕੀ ਹੈ ਗਿਆਨ ਸਿੰਘ ਜੀ ਹਾਂਜੀ ਹੁੰਦਾ ਘਰੇ ਸਾਰਾ ਕੁਝ ਠੀਕ ਹੁੰਦਾ ਇੱਕ ਨਾ ਇਹ ਸ਼ੁਰੂ ਤੋਂ ਹੀ ਰੁਝਾਨ ਜਿਹਾ ਬਣਿਆ ਹੋਇਆ ਆਪਾਂ ਕੋਈ ਟੀਵੀ ਚੈਨਲ ਦੇਖ ਲਈਏ ਕੋਈ ਪ੍ਰੋਗਰਾਮ ਦੇਖ ਲਈਏ ਉਹਦੇ 'ਚ ਸ਼ੁਗਲ ਮੇਲੇ ਤੌਰ 'ਤੇ ਇਹ ਚੀਜ਼ਾਂ ਪਾਈਆਂ ਹੁੰਦੀਆਂ ਚਲੋ ਫਿਰ ਠੀਕ ਹੈ ਫਿਰ ਠੀਕ ਹੈ ਮੈਂ ਕਿਹਾ ਸ਼ਾਇਦ ਸਹੀ ਜਵਾਬ ਤੁਸੀਂ ਹੋਰ ਕਿਹਾ ਵੀ ਲੀਡਰ ਅਨਪੜ੍ਹ ਹੁੰਦੇ ਆ ਹਾਂਜੀ ਉਹ ਮੈਂ ਥੋੜ੍ਹਾ ਜਿਹਾ ਵੈਸੇ ਚੈਨਲ 'ਤੇ ਕਹਿਣਾ ਚਾਹੀਦਾ ਨਾ ਕਹਿ ਦਿੰਦਾ ਮੈਂ ਇੱਕ ਕਹਾਵਤ ਪਿੱਛੇ ਆਏ ਸੀ ਲੁੱਚਾ ਲੰਡਾ ਚੌਧਰੀ ਪੜ੍ਹਿਆ ਲਿਖਿਆ ਬੰਦਾ ਚੌਧਰੀ ਨਹੀਂ ਬਣਦਾ ਉਹੀ ਬਣਦਾ ਜੇ ਜਿਹਦਾ ਕੋਈ ਜਿਹਨੂੰ ਕੁਛ ਨਹੀਂ ਅੱਗੇ ਪਿੱਛਾ ਪੁੱਛਦਾ ਹੈ ਨਾ ਤੇ ਇਸ ਤਰ੍ਹਾਂ ਜਨਾਨੀ ਬਾਰੇ ਵੀ ਮੁਹਾਵਰਾ ਹੈਗਾ ਉਹੀ ਪ੍ਰਧਾਨ ਬਣਦੀ ਹੈ ਜੇ ਜੋ ਗੱਲ ਹੁੰਦੀ ਹੈ ਨਹੀਂ ਇਹ ਅਸਲ 'ਚ ਇਹ ਮੁਹਾਵਰੇ ਤਾਂ ਹੈਗੇ ਨੇ ਪਰ ਸ਼ਾਇਦ ਮੇਰੇ ਖਿਆਲ ਸਮੇਂ ਦੇ ਹਿਸਾਬ ਨਾਲ ਚੇਂਜ ਹੋ ਗਏ ਕਿਉਂਕਿ ਪਹਿਲਾਂ ਜਨਾਨੀਆਂ 'ਚ ਠੀਕ ਹੈ ਹੁੰਦੇ ਆ ਚਲੋ ਸ਼ੁਕਰ ਚ ਕਰਨੇ ਦੀ ਉਹ ਵੀ ਗੱਲ ਕੋਈ ਨਹੀਂ ਤੇ ਜੋ ਮੈਂ ਤਜਰਬਾ ਕੀਤਾ ਵੀ ਇਹੀ ਆ ਵੀ ਜਿਹੜੇ ਪੜ੍ਹੇ ਲਿਖੇ ਆ ਚੰਗੇ ਤੁਹਾਡੇ ਵਰਗੇ ਸਿਆਣੇ ਉਹਨਾਂ ਨੂੰ ਲੋੜ ਲੀਡਰ ਬਣਨ ਦੀ ਹੈ ਨਹੀਂ ਲੀਡਰ ਤਾਂ ਉਹ ਬਣਦਾ ਜਿਹਦਾ ਕੋਈ ਅੱਗਾ ਪਿੱਛਾ ਨਹੀਂ ਕੋਈ ਘਰੋਂ ਕੱਢਿਆ ਕੱਢਿਆ ਹੈਗਾ ਹੈ ਮਾੜੇ ਕੰਮ ਕਰਦਾ ਉਹ ਨਹੀਂ ਲੀਡਰ ਬਣਨਾ ਹੈ ਅੱਛਾ ਗਿਆਨ ਸਿੰਘ ਜੀ ਭਵਿਸ਼ ਹਾਂਜੀ ਬੱਲੋ ਬਾਰੇ ਪਤਾ ਆਈਡੀਆ ਹੈ ਬੱਲੋ ਲਫ਼ਜ਼ ਕੇ ਹੈਗਾ ਤੁਹਾਡੇ ਏਰੀਆ 'ਚ ਵਰਤਿਆ ਜਾਂਦਾ ਤੀਆਂ ਦੇ ਆਖਰੀ ਦਿਨ ਹੁੰਦਾ ਸੀ ਬੱਲੋ ਪਾਈ ਦੀ ਸੀ ਆਪਣੇ ਦੁਆਬੇ 'ਚ ਤੁਸੀਂ ਤੁਹਾਤੋਂ ਮੈਂ ਸੁਣਿਆ ਮੈਂ ਤਾਂ ਨਹੀਂ ਸੁਣਿਆ ਅੱਛਾ ਅੱਛਾ ਚਲੋ ਮੈਂ ਕਰਦੇ ਗੱਲ ਤੁਸੀਂ ਵੀ ਦੁਆਬੇ 'ਚੋਂ ਹੀ ਆ ਮੈਂ ਵੀ ਦੁਆਬੇ 'ਚੋਂ ਹੀ ਆ ਗਲਤ ਕੁਛ ਨਹੀਂ ਤੁਹਾਡੇ ਪਿੰਡ ਮੇਰੀ ਨਹੀਂ ਮੈਨੂੰ ਦੋ ਚੀਜ਼ਾਂ ਸਾਡੇ ਦੁਆਬੇ ਦੀਆਂ ਇੱਥੇ ਲੇਡੀਜ਼ ਹੈਗੀਆਂ ਨੇ ਦੋ ਚੀਜ਼ਾਂ ਉਹਨਾਂ ਨੇ ਕਿਹਾ ਸੀ ਇੱਕ ਤਾਂ ਬੱਲੋ ਪਾਉਣਾ ਤਾਂ ਇੱਕ ਮੰਜੀ ਕੁਛ ਹੁੰਦਾ ਦੁਸਹਿਰੇ ਤੋਂ ਬਾਅਦ ਉਹ ਵੀ ਮੈਂ ਸਾਂਝੀ ਕਰੂੰਗਾ ਕਿ ਮੰਜੀ ਦਾ ਉਹ ਪਾਈਦਾ ਸੀ ਉਹ ਦੁਆਬੇ ਦੇ ਹੀ ਹੈਗੇ ਨੇ ਉਹਨਾਂ ਨੇ ਗੱਲਬਾਤ ਕੀਤੀ ਸੀ ਉਹ ਮੈਂ ਪੂਰੀ ਜਾਣਕਾਰੀ ਅੱਛਾ ਚਲੋ ਅਤੇ ਉੱਧਰ ਠੀਕ ਹੈ ਬਚਾਅ ਆਪਣੇ ਉੱਧਰ ਏਰੀਏ 'ਚ ਕਿੱਦਾਂ ਸੁੱਖ ਸਾਂਹ ਦਾ ਨਹੀਂ ਅਸੀਂ ਤਾਂ ਜਲੰਧਰ ਦੇ ਵਿੱਚ ਰਹਿੰਦੇ ਸ਼ਹਿਰ ਦੇ ਸਾਡੇ ਠੀਕ ਤੁਹਾਡੇ ਵੱਲ ਮੈਂ ਮਾੜੀ ਗੱਲ ਸੁਣਦਾ ਹਾਂ ਸਾਡੇ ਸ਼ਾਹਕੋਟ ਏਰੀਆ 'ਚ ਲੋਹੀਆਂ ਤਾਂ ਕਾਫੀ ਜ਼ਿਆਦਾ ਗਿੱਦੜ ਪਿੰਡੀ ਵਗੈਰਾ ਹਾਂ ਉੱਧਰ ਗਾਂ ਦੇ ਥੋੜ੍ਹਾ ਜਿਹਾ ਦਰਿਆ ਦਾ ਲਾਗੇ ਕਰਕੇ ਤੁਹਾਨੂੰ ਸਗੋਂ ਪੁੱਛਣ ਵਾਲਾ ਹੀ ਸਿਖਾ ਅੱਜ ਮੈਂ ਚਲੋ ਤੁਸੀਂ ਆਪ ਹੀ ਵਿਸ਼ਾ ਰਹਿ ਜਾਂਦਾ ਤੇ ਹਾਂ ਨਹੀਂ ਵੈਸੇ ਅਸੀਂ ਤਾਂ ਜਲੰਧਰ ਸ਼ਹਿਰ ਦੇ ਵਿੱਚ ਬੈਠੇ ਹਾਂ ਐਤਕੀ ਨਹੀਂ 88 'ਚ ਜਲੰਧਰ ਪਾਣੀ ਆ ਗਿਆ ਸੀਗਾ ਜੀ 88 ਸਾਡੇ ਵੀ ਘੱਟ ਹੈਗੇ ਸੀ 88 ਦੇ ਵਿੱਚ 88 ਆ ਗਿਆ ਸੀਗਾ ਪਿੰਡ ਤੇ ਹੁਣ ਮੈਂ ਰੋਜ਼ ਫੋਨ ਕਰਕੇ ਪੁੱਛਦਾ ਵੀ ਹਾਲੇ ਤਾਂ ਮਹਾਰਾਜ ਦੀ ਕਿਰਪਾ ਹੈਗੀ ਸਾਡੇ ਚਲੋ ਪ੍ਰਮਾਤਮਾ ਭਲੀ ਕਰੇ ਜੀ ਪ੍ਰਮਾਤਮਾ ਭਲੀ ਕਰੇ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਹਾਂ ਤੁਹਾਡੇ ਤੁਹਾਡੇ ਪ੍ਰੋਗਰਾਮ ਵਧੀਆ ਹੁੰਦੇ ਆ ਹੱਸੇ ਖੇਲੇ ਵਾਲੇ ਹੁੰਦੇ ਆ ਚਲੋ ਕੋਸ਼ਿਸ਼ ਕਰੀ ਦੀ ਜੀ ਨਾਲ ਮਾੜਾ ਮੋਟਾ ਸ਼ੁਗਲ ਮੇਲਾ ਮਿਹਰਬਾਨੀ ਜੀ ਮਿਹਰਬਾਨੀ ਧੰਨਵਾਦ ਜੀ ਤੁਹਾਡਾ ਧੰਨਵਾਦ ਜੀ ਬ੍ਰੇਕ ਹਜੇ ਇੱਕ ਕਾਲ ਤੋਂ ਬਾਅਦ ਲੈਣੇ ਜਿਵੇਂ ਸਾਹਿਬ ਹੈਲੋ ਲਗਾਤਾਰ ਆ ਰਹੀਆਂ ਨੇ ਹੈਲੋ ਹਾਂਜੀ ਹਾਂਜੀ ਭੈਣ ਹੁਣ ਬੋਲੋ ਆਪਣੇ 88 ਵਾਲੇ ਪਾਣੀ ਬਾਰੇ ਦੱਸਦੀ ਆ ਆਪਣੇ ਕਰਤਾਰ ਦੀ ਕੁੜੀ ਦੇ ਪਿੰਡ ਵੀ ਬਹੁਤ ਜਾਣੀਆਂ ਚ ਆਇਆ ਅੱਛਾ ਜੀ ਹੁਣ ਸਮਾਨ ਉਹਦਾ ਕੱਢ ਲਿਆ ਸੀ ਉਹ ਪਹਿਲਾਂ ਜਦੋਂ ਰੌਲਾ ਰੱਪਾ ਪਿਆ ਤੇ ਮੈਂ ਜੇ ਫੈਮਿਲੀ ਉੱਤੇ ਸੀ ਹੁਣ ਮੈਂ ਕਾਲ ਕਰਦੀ ਆ ਤੇ ਕੋਈ ਚੱਕਦਾ ਨਹੀਂ ਪਰ ਆ ਗਏ ਹੁਣੇ ਬਾਹਰ ਹੀ ਆ ਗਏ ਹੁਣੇ ਅੱਛਾ ਨਹੀਂ ਉਹ ਚਲੋ ਪਰਮਾਤਮਾ ਭਲੀ ਕਰੇ 88 ਦੇ ਵਿੱਚ ਤਾਂ ਆਪਣੇ ਪਿੰਡ ਬਹੁਤ ਪਾਣੀ ਆਇਆ ਸੀ 88 ਬਿੰਦਰ ਦੀ ਕੁੜੀ ਵੀ ਮਰਾੜੇ ਵਾਲੇ ਆ ਤੇ
88 ਤਾਂ ਬਹੁਤ ਬੁਰਾ ਹਾਲ ਸੀ ਆਪਣੇ ਪਿੰਡ ਦਾ, ਕਿੰਨਾ 5-5-6 ਫੁੱਟ ਪਾਣੀ ਆਪਣੇ ਪਿੰਡ ਦਾ ਪਾਲਾ ਰੁੜ ਗਿਆ ਸੀਗਾ ਉਹ। ਹਾਂ ਉਦੋਂ ਸਾਡੇ ਪਿੰਡ ਦਾ ਮੈਂ ਦਰਸ਼ਕਾਂ ਨੂੰ ਦੱਸਦੇ ਵਾ, ਸਾਡੇ ਉਹ ਪਾਣੀ ਚ ਰੁੜ ਗਏ ਸੀ, ਖੂਹ ਤੇ ਸੀਗੇ, ਪਾਲਾ ਨਾ ਸੀ ਉਹਨਾਂ ਦਾ ਪਾਲਾ। ਬਹੁਤ ਬਹੁਤ ਸੀ, ਬਹੁਤ ਬੁਰਾ ਹਾਲ ਸੀ। ਤੇ ਭੈਣ ਬੱਲੋ ਬੱਲੋ ਬਾਰੇ ਹੈ ਆਈਡੀਆ ਕੋਈ, ਬੱਲੋ ਕੀ ਪਾਈ ਜਾਂਦੀ ਕਿਹੜੀ? ਇਹ ਫਿਰ ਮਾਲਵੇ ਦੇ ਵਿੱਚ ਹੈ ਸ਼ਾਇਦ ਜ਼ਿਆਦਾ ਇਹ। ਚਲੋ ਮੈਂ ਦੇਖਦਾ ਦਰਸ਼ਕਾਂ ਨੂੰ ਪੁੱਛਦਾ, ਨਹੀਂ ਤੇ ਫਿਰ ਮੈਂ ਜ਼ਰੂਰ ਸਾਂਝਾ। ਕਾਫੀ ਬੁਰਾ ਹਾਲ ਹੈਗਾ, ਬਾਜ਼ੀਗਰ ਵਿਚਾਰੇ ਰਾਤ ਨੂੰ ਰੋਂਦੇ ਆਏ ਸੀ ਪੰਡਾ ਬੰਨ ਕੇ ਲੰਗੇਆਲ ਵਾਲੇ 88 ਚ। ਸਾਰਾ ਪਾਣੀ ਪਰੇ ਨੂੰ ਨੀ ਜਾਂਦਾ ਹੈਗਾ ਇਹਦਾ। ਚਲੋ ਮਿਹਰਬਾਨੀ ਭੈਣ, ਬਹੁਤ ਬ੍ਰੇਕ ਲੈਣੀ ਪੈਣੀ। ਥੈਂਕ ਯੂ ਜੀ, ਥੈਂਕ ਯੂ, ਓਕੇ, ਬਹੁਤ ਮਿਹਰਬਾਨੀ ਜੀ। ਹੁਣ ਬ੍ਰੇਕ ਦਾ ਸਮਾਂ ਹੋ ਗਿਆ, ਬ੍ਰੇਕ ਤੋਂ ਬਾਅਦ ਫਿਰ ਗੱਲਾਂ ਬਾਤਾਂ ਕਰਾਂਗੇ। ਵੈਸੇ ਬੱਲੋ ਪਾਉਣਾ ਜਿਹੜਾ ਹੈਗਾ, ਮੇਰੇ ਖਿਆਲ ਸ਼ਾਇਦ ਜਾਂ ਤਾਂ ਬਹੁਤ ਦੇਰ ਪਹਿਲਾਂ ਇਹ ਚੀਜ਼ਾਂ ਹੁੰਦੀਆਂ ਹੋਣੀਆਂ, ਅਤੇ ਜਾਂ ਫਿਰ ਇਹ ਕੁਛ ਇਲਾਕਿਆਂ ਦੇ ਵਿੱਚ, ਪੰਜਾਬ ਦੇ ਕੁਛ ਇਲਾਕਿਆਂ ਦਾ ਇਹ ਰਸਮੋ ਰਿਵਾਜ਼ ਹੋ ਸਕਦੇ ਹੈ। ਸੋ ਸਾਡਾ ਫਰਜ਼ ਬਣਦਾ ਕਿ ਅਸੀਂ ਭਾਵੇਂ ਕਿਸੇ ਇਲਾਕੇ ਦਾ ਰਸਮੋ ਰਿਵਾਜ਼ ਆ, ਪੰਜਾਬ ਦੀ ਗੱਲ ਜਦੋਂ ਕਰੀ ਦੀ, ਸਾਰੇ ਪੰਜਾਬ ਦੇ ਸਾਰੇ ਇਲਾਕਿਆਂ ਦੀ ਗੱਲ ਕਰਨੀ ਬਣਦੀ ਆ, ਅਤੇ ਉਹਦੇ ਵਿੱਚ ਇਹ ਹੈ ਵੀ ਜਾਣਕਾਰੀ ਜਿਹੜੀ ਸਾਡੇ ਬਾਕੀ ਦਰਸ਼ਕਾਂ ਨੂੰ, ਉਹਨਾਂ ਨੂੰ ਵੀ ਮਿਲ ਜਾਂਦੀ ਹੈ ਵੀ ਆਹ ਚੀਜ਼ਾਂ ਵੀ ਪੰਜਾਬ ਦੇ ਵਿੱਚ ਹੁੰਦੀਆਂ ਸੀ, ਜਿਨ੍ਹਾਂ ਦੇ ਸ਼ਬਦ ਵੀ ਸਾਨੂੰ ਹੁਣ ਨਹੀਂ ਪਤਾ, ਸ਼ਬਦ ਰੀਤੀ ਰਿਵਾਜ਼ ਤਾਂ ਅਲੋਪ ਹੋ ਗਏ, ਸ਼ਬਦ ਵੀ ਅਲੋਪ ਹੋ ਰਹੇ ਨੇ। ਸੋ ਕੋਸ਼ਿਸ਼ ਕਰਾਂਗੇ ਬ੍ਰੇਕ ਤੋਂ ਬਾਅਦ, ਮੇਰੇ ਖਿਆਲ ਇਸ ਸੈਗਮੈਂਟ ਦੇ ਐਂਡ ਦੇ ਵਿੱਚ ਜੇ ਸਾਡੇ ਦਰਸ਼ਕਾਂ ਨੇ ਦੱਸਤਾ ਠੀਕ ਹੈ, ਨਹੀਂ ਤਾਂ ਫਿਰ ਮੈਂ ਦੱਸ ਕੇ ਅਤੇ ਆਪਾਂ ਫਿਰ ਅਗਲੀ ਗੱਲਬਾਤ ਕਰਾਂਗੇ। ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਜੀ ਪ੍ਰੋਗਰਾਮ ਜ਼ਾਇਨੂ ਜਲਵੇ ਜੱਗੀ ਦੇ, ਅਤੇ ਗੱਲਬਾਤ ਚੱਲ ਰਹੀ ਹੈ ਬੱਲੋ ਪਾਉਣਾ ਬਾਰੇ। ਮੈਂ ਪੁੱਛਿਆ ਸਾਡੇ ਦਰਸ਼ਕਾਂ ਨੂੰ, ਦੇਖਦੇ ਹਾਂ ਕੀ ਜਵਾਬ ਦਿੰਦੇ ਆ। ਬੱਲੋ ਪਾਈ ਜਾਂਦੀ ਸ਼ਾਇਦ ਕੁਛ ਇਲਾਕਿਆਂ ਦੇ ਵਿੱਚ ਇਹਦਾ ਰੁਝਾਨ ਹੋਵੇ। ਤੀਆਂ ਦੇ ਆਖਰੀ ਦਿਨ ਇਹ ਈਵੈਂਟ ਹੁੰਦੀ ਹੈ, ਅਤੇ ਤੀਆਂ ਸਾਡੇ ਬਹੁਤ ਲੱਗਦੀਆਂ ਨੇ ਇੱਥੇ ਵੀ, ਅਸੀਂ ਦੇਖੀਏ ਤੀਆਂ ਤੜਾ ਤੜ ਹਰ ਸ਼ਹਿਰ ਦੇ ਵਿੱਚ ਚਾਰ ਚਾਰ ਤੀਆਂ ਹੁੰਦੀਆਂ। ਪਰ ਇਹ ਜਾਣਕਾਰੀ ਵੀ ਜ਼ਰੂਰੀ ਹੈ ਕਿ ਤੀਆਂ ਦੇ ਆਖਰੀ ਦਿਨ ਕੀ ਹੁੰਦਾ ਸੀ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਜੱਗੀ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਧੀਰ ਸਾਹਿਬ, ਹਾਂਜੀ, ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜੀ ਜਸ ਪੰਜਾਬੀ ਤੇ ਪ੍ਰਾਈਮ ਟਾਈਮ ਨਿਊਜ਼ ਆਉਂਦੀ ਸੀ, ਉਹ ਅੱਜ ਕੱਲ ਆ ਨਹੀਂ ਰਹੀ, ਕੀ ਵਜ੍ਹਾ ਹੈ? ਸੀ ਆਉਂਦੀ ਹੈ ਜੀ, ਕਿੰਨੇ ਵਜੇ ਆਉਂਦੀ ਹੈ? ਤੁਹਾਡੇ ਕੋਲ ਕੀ ਹੈ, ਡੱਬੀ ਆ ਕੀ ਹੈ? ਮੇਰੇ ਕੋਲ ਆਈਪੀ ਬਾਕਸ ਆ। ਆਈਪੀ ਬਾਕਸ ਹੈ, ਜਿਹੜੀ ਆਈਪੀ ਬਾਕਸ ਦੇ ਵਿੱਚ ਫੀਡ ਆਉਂਦੀ ਹੈ ਨਾ ਜੀ, ਹਾਂਜੀ, ਉਹ ਸਾਡੀ ਆਉਂਦੀ ਇੰਡੀਆ ਵਾਲੀ। ਅਤੇ ਆਹ ਹੁਣ ਪ੍ਰੋਗਰਾਮ ਇੰਡੀਆ ਵੀ ਚੱਲਦਾ, ਮੁੱਦਾ ਵੀ ਇੰਡੀਆ ਚੱਲਦਾ ਇਸੇ ਟਾਈਮ, ਅਤੇ ਉਹ ਅਸੀਂ ਮੈਂ ਪਤਾ ਕਰੂੰਗਾ। ਵੈਸੇ ਮੈਂ ਵੀ ਇਹ ਚੀਜ਼, ਮੈਨੂੰ ਇੱਕ ਦੋ ਲੋਕਾਂ ਨੇ ਹੋਰ ਵੀ ਕਹੀ ਹੈ ਕਿ ਪ੍ਰੋਗਰਾਮ ਉਹ ਆਈ ਪੀ ਟੀ ਵੀ ਬਾਕਸ ਦੇ ਵਿੱਚ ਇੰਡੀਆ ਦੀ ਫੀਡ ਆਉਂਦੀ ਆ ਜੀ। ਮੈਂ ਜ਼ਰੂਰ ਪਤਾ ਕਰਕੇ ਧੀਰ ਸਾਹਿਬ ਦੱਸੂਗਾ ਤੁਹਾਨੂੰ, ਕਿਉਂਕਿ ਦੂਸਰਾ ਭਾਰਤ ਦੇ ਵਿੱਚ ਇੱਕ ਹੋਰ ਵੀ ਅਲੱਗ ਚੀਜ਼ ਹੁੰਦੀ ਆ ਜਿਹੜੀ ਕਿਤੇ ਨਹੀਂ ਹੁੰਦੀ ਡੈਮੋਕ੍ਰੇਟਿਕ ਕੰਟਰੀ ਦੇ ਵਿੱਚ ਜੀ, ਦੁਨੀਆ ਵਿੱਚ, ਉਹ ਹੈ ਜਿਹੜੀ ਲੀਡਰ ਆਪਣੇ ਆਪ ਹੀ ਆਪਣੇ ਬੰਦਿਆਂ ਨੂੰ ਕਲੀਨ ਚਿੱਟ ਦੇ ਦਿੰਦੇ ਆ। ਹਾਂਜੀ, ਆਪਾਂ ਇਹਨਾਂ ਦੇਸ਼ਾਂ ਵਿੱਚ ਰਹਿੰਦੇ ਹਾਂ, ਕਦੇ ਕਿਸੇ ਨੇ ਕਲੀਨ ਚਿੱਟ ਨਹੀਂ ਦਿੱਤੀ, ਇਨਕੁਆਰੀ ਹੁੰਦੀ ਆ, ਪੂਰਾ ਸਾਰਾ ਕੁਛ ਹੁੰਦਾ, ਉੱਥੇ ਕਲੀਨ ਚਿੱਟ ਦੇ ਦਿੰਦੇ ਨੇ ਲੀਡਰ। ਇੱਕ ਹੋਰ ਚੀਜ਼ ਦੇਖੋ ਜੀ, ਪੀ ਚਿਦੰਬਰਮ ਜਿਹੜਾ ਸੀਗਾ ਇਹਨਾਂ ਦਾ ਮੰਤਰੀ ਪਹਿਲਾਂ ਇਹਦਾ ਕਾਂਗਰਸ ਵੇਲੇ, ਹਾਂਜੀ,
ਤੇ ਗ੍ਰਹਿ ਮੰਤਰੀ ਵੀ ਸੀਗਾ ਉਹ, ਤੇ ਉਹ ਆਪਣਾ ਫਾਈਨੈਂਸ ਮਿਨਿਸਟਰ ਵੀ ਰਿਹਾ ਉਹਨਾਂ ਦਾ, ਤੇ ਉਹ ਚੱਕ ਲਿਆ ਰਾਤੀ। ਦੱਸੋ ਸਮਝ ਨਹੀਂ ਕੀ ਹੋ ਰਿਹਾ ਉੱਥੇ। ਹਾਂਜੀ ਹਾਂ, ਦੇਖੋ ਕੀ ਕੀ ਹਾਲ ਇੰਡੀਆ ਦਾ, ਕੀ ਕਰ ਸਕਦੇ। ਇੰਨੀ ਸ਼ਰਮ ਦੀ ਗੱਲ ਆ, ਜਿਹੜੇ ਬਾਹਰ ਲੋਕੀ ਦੇਖਦੇ ਹੋਣਗੇ ਕਿ ਇਹ ਲੀਡਰ ਕੀ ਕਰਦੇ ਨੇ। ਦੇਖੋ ਲੀਡਰ, ਦੇਖੋ ਇਹ ਵਿੱਚੋਂ ਤਾਂ ਉਹ ਕਹਿੰਦੇ ਜੀ ਇਹ ਹੈਗੀ ਇਹਨਾਂ ਦੀ ਆਪਸੀ ਰੰਜਸ ਹੈ, ਇਹ ਉਹ ਹੈ, ਪਰ ਮਾੜਾ ਮਾੜੀ ਗੱਲ ਹੈ, ਮਾੜਾ ਬਹੁਤ ਮਾੜਾ ਪ੍ਰਭਾਵ ਪੈਂਦਾ ਸਾਡਾ। ਜੋ ਕਰਤੂਤਾਂ ਕਰਦੇ ਨੇ ਇਹਨਾਂ ਨੇ ਦੁਨੀਆਂ ਦੀ ਸ਼ਰਮ ਆ ਸਾਰੀ ਸਿੱਕੇ ਟੰਗ ਕੇ ਜੀ, ਇਹ ਲੋਕੀ ਇੰਨੇ ਬੇਸ਼ਰਮ ਹੋ ਗਏ, ਇਹ ਸਾਰੀਆਂ ਇਹ ਗੱਲਾਂ ਕਰਦੇ ਨੇ, ਕੋਈ ਸ਼ੋਭਾ ਨਹੀਂ ਦਿੰਦੀਆਂ ਗੱਲਾਂ ਇਹ। ਅੱਛਾ, ਤੀਰਥਮ ਦੇ ਬਾਰੇ ਕੋਈ ਹੈ ਆਈਡੀਆ, ਬੱਲੋ ਪਾਉਣਾ ਬਾਰੇ ਕੋਈ? ਦੇਖੋ ਜੀ, ਸਾਡੇ ਤਾਂ ਇੱਧਰ ਲੁਧਿਆਣੇ ਦੇ ਇਲਾਕੇ ਵੱਲ ਤਾਂ ਕੋਈ ਇਹੋ ਜਿਹਾ ਰਿਵਾਜ਼ ਨਹੀਂ ਸੀ, ਸ਼ਾਇਦ ਇਹ ਬਠਿੰਡੇ ਜਾਂ ਸੰਗਰੂਰ ਵੱਲ ਹੋਵੇ ਜੀ। ਤੇ ਬਾਕੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਾਡੇ ਬੁੱਢਾ ਦਰਿਆ, ਬੁੱਢਾ ਨਾਲਾ ਜਾਂ ਲੁਧਿਆਣੇ ਦੇ ਏਰੀਏ 'ਚ ਬਹੁਤ ਮਾਰ ਮਾਰੀ ਹੈ, ਬਹੁਤ ਜੀ ਬਹੁਤ। ਮਾਛੀ ਵਾਲੇ ਵੀ ਬਹੁਤ ਮਾਰ ਮਾਰੀ ਆ, ਲੁਧਿਆਣੇ ਸ਼ਹਿਰ ਦੇ ਵਿੱਚ ਪਾਣੀ ਆਇਆ ਹੋਇਆ ਤੇ ਉੱਥੇ ਵੀ ਮਾਰੀ ਆ। ਮੇਰਾ ਪਿੰਡ ਵੈਸੇ ਕਾਫੀ ਉੱਚੀ ਜਗ੍ਹਾ ਤੇ ਉਹ ਠੀਕ ਆ, ਪਰ ਇੱਧਰ ਬੇਟ ਦੇ ਇਲਾਕੇ 'ਚ ਬਹੁਤ ਮਾਰ ਮਾਰੀ ਆ ਜੀ। ਤੁਹਾਡਾ ਪਿੰਡ ਕਿਹੜਾ ਤੀਰਥ ਸਾਹਿਬ? ਮੇਰਾ ਇੱਥੇ ਲੁਧਿਆਣੇ ਤੋਂ ਜੇ ਸਮਰਾਲੇ ਨੂੰ ਜਾਈਏ ਚੰਡੀਗੜ੍ਹ, ਮੰਗਲੀ ਉੱਚੀ ਆ, ਮੰਗਲੀ ਉੱਚੀ ਮੰਗਲੀ ਹੈਗਾ। ਹਾਂਜੀ ਹਾਂਜੀ ਹਾਂਜੀ, ਤੇ ਉੱਥੇ ਆ। ਪਰ ਬਹੁਤ ਦੁੱਖ ਦੀ ਗੱਲ ਆ ਜੀ, ਪੰਜਾਬ ਦੇ ਵਿੱਚ ਜਿਹੜੇ ਛੱਪੜ ਇਹਨਾਂ ਨੇ ਖਤਮ ਕਰਤੇ ਨਾ, ਉਹ ਵੀ ਦਰਖਤ ਵੀ ਖਤਮ ਕਰਤੇ ਸਾਰਾ ਕੁਛ, ਫਿਰ ਏਡੀ ਤਬਾਹੀ ਮਚਣੀ, ਬਹੁਤ ਮਾੜੀ ਗੱਲ। ਗੌਰਮੈਂਟਾਂ ਨੇ ਤਾਂ ਕੁਛ ਕਰਨਾ ਕੁਰਨਾ ਨੀ ਆ ਜੀ, ਬਹੁਤ ਮਾੜੀ ਗੱਲ, ਬਹੁਤ ਮਾੜੀ ਗੱਲ। ਹਾਂਜੀ, ਹੁਣ ਇਹਨਾਂ ਨੇ ਨਰਿੰਦਰ ਮੋਦੀ ਤੋਂ ਮਦਦ ਮੰਗੀ ਆ, ਮੇਰਾ ਤਾਂ ਖਿਆਲ ਨੀ ਉਹਨੇ ਕੋਈ ਮਦਦ ਦੇਣੀ ਆ, ਕਿਉਂਕਿ ਉਧਰ ਦਿੱਲੀ ਦੇ ਵਿੱਚ ਵੀ ਬੜੀ ਤਬਾਹੀ ਮਚੀ ਆ ਜਮੁਨਾ ਦਰਿਆ ਦੀ ਜੀ। ਬਿਲਕੁਲ ਜੀ ਬਿਲਕੁਲ। ਹਾਂਜੀ ਚਲੋ, ਤਾਂ ਇਹ ਜਿਹੜਾ ਇਹ ਰਿਵਾਜ ਪੰਜਾਬ ਦੇ ਵਿੱਚ ਵੱਖਰੇ ਵੱਖਰੇ ਆ, ਪਰ ਸਾਡੇ ਇੱਧਰ ਲੁਧਿਆਣੇ ਵੱਲ ਕੋਈ ਰਿਵਾਜ ਨਹੀਂ ਸੀ ਇੱਦਾਂ ਦਾ। ਚਲੋ ਮੈਂ ਜ਼ਰੂਰ ਆ ਵਾਈਂਡ ਅਪ ਕਰ ਦੂੰਗਾ, ਮੈਂ ਦੱਸ ਦੂੰਗਾ ਸਾਡੇ ਦਰਸ਼ਕਾਂ ਨੂੰ ਕਦੀ ਕਾਲ, ਬਹੁਤ ਮਿਹਰਬਾਨੀ। ਹੈਲੋ 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 ਵੀ ਜੱਗੀ ਸਾਹਿਬ। ਹਾਂਜੀ ਹਾਂਜੀ, ਮਾਸੀ ਪੈਰੀ ਪੈਣਾ, ਮੈਨੂੰ ਲੱਗਦਾ ਵੀ ਤੁਸੀਂ ਜ਼ਰੂਰ ਦੱਸੋਗੇ ਇਹਦੇ ਬਾਰੇ, ਬੱਲੋ ਪਾਉਣਾ ਬਾਰੇ। ਹਾਂਜੀ, ਜਿਉਂਦਾ ਵਾ ਤੇਰਾ ਪੁੱਤ, ਤਿੰਨ ਚੜ੍ਹਦੀਆਂ ਗੱਲਾਂ। ਅੱਛਾ, ਹੁਣ ਤੈਨੂੰ ਤੂੰ ਬਹੁਤ ਗੱਲਾਂ ਪੁੱਛੀਆਂ, ਹੁਣ ਇੱਕ ਦੋ ਗੱਲਾਂ ਦੱਸਦੇ ਆ। ਇੱਕ ਤਾਂ ਬੁਰਾ ਹਾਲ ਆ ਜਿਹੜਾ ਕਿ ਆਹ ਆਪਣਾ ਪਾਣੀ ਦਾ ਜੀ। ਹੈਲੋ, ਹਾਂਜੀ ਹਾਂਜੀ ਬੋਲੋ ਜੀ ਜੀ। ਹਾਂ, ਬੁਰਾ ਹਾਲ ਤੁਹਾਡੇ ਸ਼ਾਹਕੋਟ ਵਿੱਚ ਪਾਣੀ, ਤੇ ਜਿਹੜਾ ਮੋਗਾ ਜ਼ਿਲ੍ਹਾ ਨਾ ਪਰੇ ਜਲਾਲਾਬਾਦ ਤੇ ਹੋਰ ਇੱਕ ਪਿੰਡ, ਹੋਰ ਵੀ ਬਾਹਰ 25 ਪਿੰਡਾਂ ਦੇ ਵਿੱਚ ਪਾਣੀ ਪਾਣੀ। ਨਹੀਂ, ਆਪਾਂ ਤੁਹਾਡੇ ਕੋਈ ਦੋਸਤ ਰਿਸ਼ਤੇਦਾਰ ਕੋਈ ਭੈਣ ਭਰਾ ਤਾਂ ਨਹੀਂ ਉਹਦੀ ਆੜ ਦੇ ਵਿੱਚ ਕੋਈ ਆਇਆ, ਕੋਈ ਦੱਸਦੇ ਹੁਣ ਕੁਛ? ਹਾਂਜੀ, ਸਾਡੇ ਪਿੰਡ ਨਾ, ਸਾਡੇ ਪਿੰਡ ਨਾ ਮੇਰੇ ਸਹੁਰੇ ਪਾਣੀ ਆ ਤੇ ਨਾ ਮੇਰੇ ਪੇਕੀ। ਚਲੋ ਜੀ ਚਲੋ, ਚੰਗੀ ਗੱਲ ਹੈ, ਕਿਤੇ ਵੀ ਨਹੀਂ ਕਿਤੇ। ਤੇ ਇੱਕ ਵਾਰ ਤੁਹਾਨੂੰ ਦੱਸ ਦਿਆਂ ਬੱਲੋ ਬਾਰੇ, ਬੱਲੋ ਬਾਰੇ ਦੱਸਾਂ ਨਾ। ਹਾਂਜੀ, ਬੱਲੋ ਪਾਉਂਦੇ ਹੁੰਦੇ ਸੀ ਜਿਵੇਂ ਕੋਲ ਕੇ ਤੀਆਂ ਤੀਜ ਦੇ ਬੜੇ ਦਿਨਾਂ ਨੂੰ ਫੇਰ। ਅੱਛਾ, ਆਖਰੀ ਦਿਨ ਵੀਰ ਇਕੱਠੀਆਂ ਕਰੇ, ਭਾਦੋ ਚੰਦਰੀ ਵਿਛੋੜੇ ਪਾਵੇ। ਤੇ ਫੇਰ ਉਹ ਬੱਲੋ ਪੈਂਦੀ ਹੁੰਦੀ ਸੀ ਬੇਟਾ, ਤੇ ਬੱਲੋ ਜਦੋਂ ਵਿਛੜਦੀਆਂ ਸੀ ਨਾ ਕੁੜੀਆਂ ਸਾਰੀਆਂ ਆਉਂਦੀਆਂ ਸੀ, ਤੇ ਮੈਂ ਵੀ ਦੇਖੀਆਂ ਬਥੇਰੀਆਂ ਤੀਆਂ। ਤੇ ਫੇਰ ਨਾ ਉਹ ਇਕੱਠੀਆਂ ਹੋ ਕੇ ਨਾ ਜਿਵੇਂ ਕਿੱਲਾ ਅਖਬਾਰ ਲੰਘਦੇ ਆ, ਫੇਰ ਕਿੱਦਾਂ ਪਾਉਣ ਲੱਗ ਜਾਂਦੇ ਆ, ਕਿੱਲਾ ਅਖਬਾਰ ਲੰਘਦੇ ਆ ਫੇਰ ਕਿੱਦਾਂ ਪਾਉਣ ਲੱਗ ਜਾਂਦੇ ਆ। ਅੱਛਾ, ਫਿਰ ਉਹ ਤਾਂ ਨਾ ਘਾਹ ਲਿਆਉਂਦੇ ਹੁੰਦੇ ਸੀ ਘਾਹ, ਤੇ ਘਾਹ ਨਾ ਫੇਰ ਤੇ ਆਪਦਾ ਤੌੜਾ ਭਰਿਆ ਹੁੰਦਾ ਸੀਗਾ ਜ਼ਰੂਰ। ਤੁਸੀਂ ਕਿਸੇ ਵੀ ਟੌਪਿਕ ਤੇ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਆਪਾਂ ਕਰ ਸਕਦੇ ਹਾਂ। ਬੱਲੋ ਦੀ ਗੱਲ ਕਾਫੀ ਹੱਦ ਤੱਕ ਮਾਸੀ ਨੇੜੇ ਲਾਤੀ ਆ, ਪਰ ਇਹਦੇ 'ਚ ਹੋਰ ਬੜਾ ਕੁਛ ਹੁੰਦਾ ਸੀ। ਸਵੇਰ ਤੋਂ ਸ਼ੁਰੂ ਹੋ ਜਾਂਦਾ ਸੀ ਮਾਹੌਲ। ਮਾਲਵੇ ਦੀ ਇੱਕ ਗੱਲ ਤਾਂ ਕਲੀਅਰ ਹੋ ਗਈ ਕਿ ਇਹ ਮਾਲਵੇ ਦਾ ਰੀਤੀ ਰਿਵਾਜ਼ ਹੈਗਾ, ਮਾਲਵੇ ਦੇ, ਜਾਣੀ ਕਿ ਅਸੀਂ ਗੱਲ ਕਰੀਏ ਬਠਿੰਡਾ ਸੰਗਰੂਰ ਉਸ ਸਾਈਡ ਦਾ ਹੋ ਸਕਦਾ, ਪਰ ਐਸਾ ਰੀਤੀ ਰਿਵਾਜ਼ ਸੀਗਾ ਉਸ ਸਮੇਂ, ਜਿਹਨੇ ਵੀ ਦੇਖਿਆ ਹੋਊ ਜਾਂ ਹੁਣ ਤੁਸੀਂ ਸੁਣੋਗੇ ਤਾਂ ਨਜ਼ਾਰੇ ਆ ਜਾਣਗੇ, ਕਿੰਨਾ ਵਧੀਆ ਮਾਹੌਲ ਹੁੰਦਾ ਸੀ, ਕੀ ਹੁੰਦਾ ਸੀ। ਮੈਂ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰੂੰਗਾ। ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ ਜੀ। ਪ੍ਰੋਗਰਾਮ ਜਾਇਨੂ ਜਲਵੇ ਜੱਗੀ ਦੇ, ਅਤੇ ਆਪਾਂ ਗੱਲਬਾਤ ਅੱਜ ਕਰ ਰਹੇ ਵੈਸੇ ਬੱਲੋ ਬਾਰੇ, ਕਿ ਬੱਲੋ ਕਿਵੇਂ ਪਾਈ ਜਾਂਦੀ ਸੀ। ਇੱਕ ਅੱਧੀ ਕਾਲ ਲੈ ਕੇ ਤਾਂ ਫਿਰ ਮੈਂ ਦੱਸ ਦੂੰਗਾ ਜਿੰਨਾ ਕੁ ਮੈਨੂੰ ਪਤਾ ਇਹਦੇ ਬਾਰੇ, ਇਸ ਰਿਵਾਜ਼ ਬਾਰੇ। ਹੈਲੋ 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 ਜੀ, ਸਤਿ ਸ਼੍ਰੀ ਅਕਾਲ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੱਗੀ ਭਾਅ ਜੀ, ਕੀ ਹਾਲ ਚਾਲ ਨੇ? ਕਿਰਪਾ ਜੀ ਕਿਰਪਾ, ਕੌਣ ਬੋਲ ਰਹੇ? ਭਾਜੀ ਮੈਂ ਵਿਕਰਮਜੀਤ ਸਿੰਘ ਬੋਲ ਰਿਹਾ। ਭਾਜੀ ਵਿਕਰਮ ਜੀ ਕਿਹੜੀ ਜਗ੍ਹਾ ਤੋਂ?
ਮਲਵਾਕੀ ਤੋਂ ਭਾਜੀ। ਵਾਹ ਜੀ ਵਾਹ, ਵਾਹ ਜੀ ਵਾਹ। ਹੋਰ ਸੁਣਾਓ ਕੀ ਕਹਿਣਾ ਚਾਹੁੰਦੇ? ਵਾਹ ਜੀ, ਮੈਂ ਬਹੁਤ ਵੱਡਾ ਫੈਨ ਹਾਂ ਤੁਹਾਡਾ। ਵਾਹ ਜੀ ਵਾਹ, ਥੈਂਕ ਯੂ ਮਹਾਰਾਜ, ਤੁਹਾਡਾ ਪਿਆਰ ਹੈ। ਪੱਗ ਬੜੀ ਜੱਚ ਰਹੀ ਤੁਹਾਨੂੰ। ਚਲੋ ਥੈਂਕ ਯੂ ਜੀ, ਥੈਂਕ ਯੂ। ਤੇ ਹਾਂਜੀ ਭਾਜੀ, ਮੈਂ ਪੰਜਾਬ ਬਾਰੇ ਕਰਨਾ ਚਾਹੁੰਦਾ ਆਪਣੇ ਗੱਲ। ਜ਼ਰੂਰ। ਹਾਂਜੀ ਭਾਜੀ, ਆ ਕੀ ਸਾਕਤਾ ਭਾਜੀ, ਜਦੋਂ ਪੰਜਾਬ ਨੂੰ ਦੇਣ ਦੀ ਵਾਰੀ ਆਉਂਦੀ ਆ ਜੀ, ਉਦੋਂ ਕੁਛ ਨੀ, ਹੁਣ ਪਾਣੀ ਸਾਡੇ ਵੱਲ ਛੱਡੀ ਜਾਂਦੇ ਆ, ਕੀ ਸਾਕਤਾ ਭਾਜੀ? ਇਹ ਇੱਕ ਮੈਂ ਸ਼ਾਇਦ ਕੱਲ ਵਿਸ਼ਾ ਕਰਾਂ, ਬੜਾ ਕੁਛ ਬਹੁਤ ਵੱਡੀ ਸਾਜਿਸ਼ ਰਚੀ ਜਾ ਰਹੀ ਪੰਜਾਬ ਦੇ ਖਿਲਾਫ, ਚਾਹੇ ਪਾਣੀ ਦੀ ਗੱਲ ਹੋਵੇ ਚਾਹੇ ਕੋਈ ਹੋਰ ਹੋਵੇ, ਤੇ ਉੱਤੇ ਕਰਾਂਗੇ ਗੱਲ। ਤੁਹਾਡਾ ਕਿਹੜਾ ਏਰੀਆ ਪੈਂਦਾ ਉਧਰੋਂ? ਭਾਜੀ ਆਪਣਾ ਦੁਆਬਾ ਏਰੀਆ ਭਾਜੀ। ਨਹੀਂ, ਦੁਆਬੇ ਦਾ ਕਿਹੜਾ ਪਿੰਡ? ਕਿਹੜਾ? ਕਪੂਰਥਲਾ ਜ਼ਿਲ੍ਹਾ। ਅੱਛਾ, ਉਧਰਲੇ ਪਾਸੇ, ਕਪੂਰਥਲੇ ਵਾਲੇ ਪਾਸੇ, ਠੀਕ ਹੈ। ਹਾਂਜੀ। ਨਹੀਂ ਚਲੋ, ਪਾਣੀ ਦਾ ਵੈਸੇ ਬਚਾ ਸਾਰੇ ਸੁੱਖ ਸਾਂਦ ਹੈ। ਹਾਂਜੀ ਵਿਜੇ ਭਾਈ, ਚੜ੍ਹਦੀ ਕਲਾ ਭਾਜੀ, ਚਿੰਤਾ ਕਰਨੀ ਆਪਾਂ ਇੱਧਰ ਬੈਠੇ, ਚਿੰਤਾ ਸਾਰੇ ਕਰਦੇ ਆ। ਤੇ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਆਪਣੇ, ਹਨਾ ਭਾਜੀ, ਵੱਡੇ ਵਡੇਰੇ। ਬਿਲਕੁਲ 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 ਬਿਲਕੁਲ। ਹਾਂਜੀ ਭਾਜੀ, ਹੁਣ ਕੁਰਬਾਨੀਆਂ ਦੇਣੀ, ਹੁਣ ਗਾਂ ਗਾਂ ਭਾਜੀ, ਹੁਣ ਪੰਜਾਬ ਦੇ ਵੀ ਹੱਕ ਮਿਲਣੇ ਚਾਹੀਦੇ ਕਿ ਨਹੀਂ? ਬਿਲਕੁਲ ਭਾਜੀ, ਬਹੁਤ ਮਿਹਰਬਾਨੀ ਕਾਲ ਕਰਨ ਵਾਸਤੇ। ਵਿਕਰਮ ਜੀ, ਕਾਲ ਕਰਦੇ ਰਿਹਾ ਕਰੋ, ਚੰਗਾ ਲੱਗਦਾ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਕਹਿਣਾ ਚਾਹੁੰਦੇ? ਹਾਂਜੀ, ਮੈਂ ਇਹ ਤਾਂ ਇੱਕ ਦਾ ਇਹ ਕਹਿਣਾ ਚਾਹੁੰਦੀ ਹਾਂ ਵੀ ਸਾਰੇ ਬੜਾ ਕਹਿ ਰਹੇ ਸੀ ਪਾਣੀ ਖਤਮ ਹੋ ਜੂ 2 ਸਾਲਾਂ ਨੂੰ, ਇਹ ਹੋ ਜਾਊਗਾ। ਅਸੀਂ ਰੱਬ ਦੇ ਬਾਰੇ, ਪਰਮਾਤਮਾ ਇੱਕ ਇਹੋ ਜਿਹੀ ਚੀਜ਼ ਆ, ਉਹਦੇ ਬਾਰੇ ਆਪਾਂ ਬੰਦੇ ਬਾਰੇ ਨਹੀਂ ਕੁਛ ਕਹਿ ਸਕਦੇ ਗੇ, ਕਿਉਂਕਿ ਉਹ ਵੀ ਕਹਿੰਦੇ ਆ ਕਿ ਉੱਚਾ ਬੋਲ ਨਾ ਬੋਲੀਏ, ਕਰਤਾਰੋਂ ਡਰੀਏ। ਤੇ ਅਸੀਂ ਰੱਬ ਦੇ ਚਲਾਏ ਚੱਲ ਰਹੇ ਹਾਂ। ਮੈਨੂੰ ਲੱਗਦਾ ਸਾਨੂੰ ਹਰ ਇੱਕ ਨੂੰ ਹੱਥ ਜੋੜ ਕੇ ਅਰਦਾਸ ਕਰਨੀ ਚਾਹੀਦੀ ਹੈ, ਪਰਮਾਤਮਾ ਤੇਰੇ ਘਰੇ ਕੋਈ ਚੀਜ਼ ਦਾ ਘਾਟਾ ਨਹੀਂ, ਜੇ ਕਿਤੇ ਘਾਟਾ ਹੈ ਤੇ ਕਿਸੇ ਦੀ, ਸਾਡੇ ਕਰਮਾਂ ਦਾ ਹੀ ਘਾਟਾ ਹੁੰਦਾ ਹੈ, ਕਰਮਾਂ ਦਾ ਵੀ ਨਹੀਂ ਘਾਟਾ ਹੁੰਦਾ, ਰੱਬ ਨੇ ਹਰੇਕ ਨੂੰ ਕੁਛ ਨਾ ਕੁਛ ਦੇਣਾ ਹੀ ਆ, ਅਲੱਗ ਅਲੱਗ ਚੀਜ਼ਾਂ ਦਿੰਦਾ ਹੈ। ਬਿਲਕੁਲ ਜੀ, ਬਿਲਕੁਲ। ਹਰ ਬੰਦੇ ਨੂੰ ਮੈਂ ਤਾਂ ਇਹੀ ਸੋਚ ਰਹੀ ਹਾਂ, ਹੁਣ ਦੇਖ ਕੇ ਨਾ ਪਾਣੀ ਨੂੰ ਆਏ ਹੋ ਜਾਂਦਾ, ਚਲੋ ਜਲ ਕਹਿੰਦੇ ਹੋਇਆ ਪਿਆ ਹੈਗਾ। ਬਿਲਕੁਲ ਜੀ, ਬਿਲਕੁਲ, ਪਰਮਾਤਮਾ ਭਲੀ ਕਰੇ ਪਰ ਨੁਕਸਾਨ ਕਾਫੀ ਹੋ ਗਿਆ। ਪਰ ਸਾਨੂੰ ਹਰ ਇੱਕ ਨੂੰ ਹੱਥ ਜੋੜ ਕੇ ਬੇਨਤੀ ਪਰਮਾਤਮਾ ਅੱਗੇ ਜ਼ਰੂਰ ਕਰਨੀ ਚਾਹੀਦੀ ਆ ਕਿ ਹੁਣ ਬਹੁਤ ਪਾਣੀ ਬਾਰੇ ਲੋਕਾਂ ਨੇ ਬੋਲਿਆ ਹੈ ਤੇ ਸਾਨੂੰ ਦੁਨੀਆ ਨੂੰ ਬਖਸ਼ ਲਓ ਪਰਮਾਤਮਾ। ਜੀ ਜੀ। ਤੇ ਬਾਕੀ ਗੱਲ ਜਿਹੜੀ ਬੱਲੋ ਆ, ਉਹ ਤੀਆਂ ਦੇ ਅਖੀਰਲੇ ਦਿਨ ਪਾਈ ਜਾਂਦੀ ਸੀ ਅੱਗੇ ਪਹਿਲਾਂ ਜੀ, ਤੇ ਉਹ ਜਦੋਂ ਕੁੜੀਆਂ ਉੱਥੋਂ ਵਿਦਾ ਹੁੰਦੀਆਂ ਨਾ, ਤੇ ਮਤਲਬ ਜਿਵੇਂ ਆਪਾਂ ਕੋਈ ਜਦੋਂ ਅਖੀਰਲਾ ਦਿਨ ਹੁੰਦਾ ਤੇ ਉੱਥੋਂ ਆਪਣਾ ਘਰੇ ਜਾਣ ਨੂੰ ਜੀ ਨਹੀਂ ਕਰਦਾ ਹੁੰਦਾ, ਤੇ ਉੱਥੋਂ ਆਉਂਦੀਆਂ ਜਿਹੜਾ ਪਿੜ ਹੁੰਦਾ ਸੀ ਨਾ ਤੀਆਂ ਦਾ, ਉੱਥੇ ਤਾਂ ਪਾਉਂਦੀਆਂ ਹੀ ਸੀ, ਉਦੋਂ ਬਾਅਦ ਥੋੜਾ ਜਿਹਾ ਅੱਗੇ ਹੋ ਕੇ ਚਾਰਕ ਪਲਾਂਗਾ ਪੱਟ ਕੇ ਫੇਰ ਉੱਥੇ ਗਿੱਧਾ ਪਾਉਣ ਲੱਗ ਜਾਂਦੀਆਂ, ਜਿਹੜੀਆਂ ਜਿਹੜੀਆਂ ਆਪੋ ਆਪਣੇ ਅਗਵਾੜਾਂ ਨੂੰ ਦੀਆਂ ਕੁੜੀਆਂ ਜਿਵੇਂ ਅੱਡੋ ਪੱਤੀਆਂ ਹੁੰਦੀਆਂ ਸੀ, ਅਗਵਾੜਾ ਜਾਂ ਪੱਤੀਆਂ ਹੁੰਦੀਆਂ। ਹਾਂਜੀ ਹਾਂਜੀ, ਪੱਤੀਆਂ ਹੁੰਦੀਆਂ ਏ, ਤੇ ਉਹ ਆਪਣੇ ਘਰਾਂ ਤੱਕ ਜਿੰਨਾ ਚਿਰ ਪਹੁੰਚਦੀਆਂ ਨਹੀਂ ਸੀ ਨਾ, ਓਨਾ ਚਿਰ ਉਹਨਾਂ ਨੂੰ ਇਹ ਹੀ ਹੁੰਦਾ ਸੀ ਅੱਜ ਅਸੀਂ ਕਸਰ ਪੂਰੀ ਕਰ ਲਈਏ। ਆ ਗੱਲ ਹੈ, ਬਿਲਕੁਲ 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 ਜੀ। ਹਾਂਜੀ, ਫੇਰ ਵਰੇ ਦਿਨਾਂ ਨੂੰ ਫੇਰ ਤੀਆਂ ਤੀਜਦੀਆਂ। ਹਾਂਜੀ, ਚਲੋ ਥੋੜੀ ਜੀ ਮੈਂ ਜਾਣਕਾਰੀ ਜਿੰਨੀ ਕੁ ਹੋਰ ਜਾਣਕਾਰੀ ਮੈਂ ਦੱਸਦਾ ਤੁਹਾਡੀ ਕਾਲ ਕੱਟ ਕੇ, ਕਿਉਂਕਿ ਬ੍ਰੇਕ ਲੈਣੀ ਪੈਣੀ, ਸਮਾਂ ਬਹੁਤ ਥੋੜ੍ਹਾ। ਅਸਲ ਦੇ ਵਿੱਚ ਗੱਲ ਸਾਰੀ ਹੋ ਗਈ ਹੈ ਜਿਹੜੀ ਅਸਲ 'ਚ ਹੁੰਦੀ। ਉਦੋਂ ਪਹਿਲੀ ਥੋੜ੍ਹੀ ਜਿਹੀ ਗੱਲ ਇਹ ਹੈ ਵੀ ਉਦੋਂ ਸਾਰੇ ਪਿੰਡ ਦੀਆਂ ਕੁੜੀਆਂ ਜਿੰਨੀਆਂ ਵੀ ਹੁੰਦੀਆਂ ਸੀ, ਕੁੜੀਆਂ ਬੁੜੀਆਂ ਸਾਰੀਆਂ ਲੇਡੀਜ਼ ਹਰ ਉਮਰ ਦੀਆਂ ਉੱਥੇ ਇਕੱਠੀਆਂ ਹੁੰਦੀਆਂ ਸੀ ਤੀਆਂ ਦੇ ਪਿੰਡ ਦੇ ਵਿੱਚ। ਪਿੰਡ ਵਿੱਚ ਇਕੱਠੀਆਂ ਹੋ ਕੇ ਪੱਤੀਆਂ ਹੁੰਦੀਆਂ ਸੀ, ਵੀ ਦੋ ਕੁੜੀਆਂ ਉਹਨਾਂ 'ਚੋਂ ਚੁਣਦੇ ਸੀਗੇ, ਜਿਹੜੀ ਇੱਕ ਦਾ ਡੀਲ ਚੰਗਾ ਸੀ ਹੋਵੇ ਜਿਹੜਾ ਉਹ, ਅਤੇ ਦੂਜੀ ਜਿਹੜੀ ਕੁੜੀ ਥੋੜ੍ਹੀ ਹਲਕੀ ਹੋਵੇ, ਫਿਰ ਉਹਨਾਂ ਦੇ ਵਿੱਚੋਂ ਇੱਕ ਕੁੜੀ ਬਣ ਜਾਂਦੀ ਸੀ ਮੁੰਡਾ, ਅਤੇ ਦੂਜੀ ਕੁੜੀ ਤਾਂ ਕੁੜੀ ਹੁੰਦੀ ਸੀਗੀ। ਫਿਰ ਦੋ ਟੋਲੀਆਂ ਬਣ ਜਾਂਦੀਆਂ ਸੀਗੀਆਂ, ਦੋ ਟੋਲੀਆਂ ਦੇ ਵਿੱਚ ਇੱਕ ਮੁੰਡੇ ਵਾਲੇ ਪਾਸਿਓਂ ਹੋ ਜਾਂਦੀਆਂ ਸੀ ਲੇਡੀਜ਼, ਇੱਕ ਕੁੜੀ ਵਾਲੇ ਪਾਸਿਓਂ। ਫਿਰ ਉਹਨਾਂ ਦੋਹਾਂ ਦਾ ਉੱਥੇ ਵਿਆਹ ਕਰਦੇ ਸੀ ਡੰਮੀ ਜਿਵੇਂ ਹੁੰਦਾ, ਅਤੇ ਟੋਟਲ ਸਾਰਾ ਜਿਹੜਾ ਹੈਗਾ ਆਹ ਗੱਲਬਾਤ ਇਹ ਕੀਤੀ ਇਹਨਾਂ ਨੇ, ਉਹ ਸਾਰਾ ਕੁਛ ਉੱਥੇ ਹੁੰਦਾ ਸੀਗਾ। ਅਤੇ ਮਤਲਬ ਉਦੋਂ ਇੰਨਾ ਕੁ ਜ਼ਬਰਦਸਤ, ਇੰਨਾ ਕੁ ਉਸ ਦਿਨ ਜੋਸ਼ ਹੁੰਦਾ ਸੀ, ਸਾਰੀਆਂ ਸਿੱਠਣੀਆਂ ਵਗੈਰਾ ਕਰਨ ਤੋਂ ਬਾਅਦ ਡੋਲੀ ਬਕਾਇਦਾ ਉਸ ਕੁੜੀ ਦੀ ਤੋਰੀ ਜਾਂਦੀ ਸੀ ਦੂਏ ਪਾਸੇ, ਫਿਰ ਗੱਲਾਂ ਬਾਤਾਂ ਨਾਨਕਿਆਂ ਵਾਲੇ ਸਾਰਾ ਕੁਛ ਕਰਨ ਕਰਾਉਣ ਤੋਂ ਬਾਅਦ ਐਂਡ ਜਦੋਂ ਹੁੰਦਾ ਸੀਗਾ, ਤਾਂ ਉਦੋਂ ਫਿਰ ਘਾਹ ਦੇਈਆਂ ਜਿੱਦਾਂ ਹੁੰਦੀਆਂ ਦੱਬ ਦੱਬ ਕਹਿ ਦਿੰਦੇ, ਜਾਂ ਘਾਹ ਦੱਬ ਇਕੱਠਾ ਕਰਕੇ ਉੱਥੋਂ ਤੋੜ ਕੇ ਲੈ ਜਾਂਦੇ ਸੀ ਭੜ ਕੇ,
ਫਿਰ ਉਹਨਾਂ ਨੂੰ ਨਲਕੇ ਦੀਆਂ ਜੜ੍ਹਾਂ ਦੇ ਵਿੱਚ ਰੱਖਦੇ ਸੀਗੇ ਔਰ ਉਦੋਂ ਬਾਅਦ ਫਿਰ ਰੱਖੜੀਆਂ ਆ ਜਾਂਦੀਆਂ, ਰੱਖੜੀਆਂ ਬੰਨ੍ਹ ਕੇ ਅਤੇ ਜਿਹੜੀਆਂ ਨੂੰਹਾਂ ਕੁੜੀਆਂ ਆਪਦੇ ਪੇਕੇ ਆਈਆਂ ਹੁੰਦੀਆਂ ਤਾਂ ਉਹ ਆਪੋ ਆਪਣੇ ਸਹੁਰੇ ਚਲ ਜਾਂਦੇ ਸੀ। ਔਰ ਸੋਚ ਕੇ ਦੇਖੋ, ਧਿਆਨ ਵਿਜਨ ਦੇ ਵਿੱਚ ਜਰਾ ਜਾ ਕੇ ਦੇਖੀਏ ਕੀ ਮਾਹੌਲ ਹੋਏਗਾ। ਔਰ ਇੰਨਾ ਕੁ ਜ਼ਿਆਦਾ ਉੱਦਣ ਖੌਰੂ ਕਹਿੰਦੇ ਪੈਂਦਾ ਸੀ, ਇੰਨਾ ਕੁ ਜ਼ਿਆਦਾ ਜਿਹੜੀ ਲੇਡੀਜ਼ ਕੋਈ ਜ਼ਿੰਦਗੀ 'ਚ ਨਹੀਂ ਕਦੇ ਜਿਹੜੀ ਨੱਚੀ ਹੁੰਦੀ ਤਾਂ ਉਹ ਵੀ ਉੱਦਣ ਫਿਰ ਪੂਰਾ ਐਨ ਨਜ਼ਾਰੇ ਪੂਰੇ ਲੈ ਕੇ ਪੂਰਾ ਐਨ ਆਹੂ ਲਾ ਕੇ ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਤਾਂ ਫੇਰ ਕਰਨ ਨੂੰ ਜਾਂਦੀਆਂ ਸੀਗੀਆਂ। ਸੋ ਪੱਤੀਆਂ ਅਤੇ ਆਹ ਗਵਾੜਾ ਜਿਹੜਾ ਇਹ ਸਾਰਾ ਕੁਛ ਉਹਦੇ 'ਚ ਹੁੰਦਾ ਸੀਗਾ। ਫਿਲਹਾਲ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਕੋਸ਼ਿਸ਼ ਕਰਾਂਗੇ ਕੱਲ੍ਹ ਲੈਣ ਦੀ, ਵੈਸੇ ਲੈ ਨਹੀਂ ਹੋਣੀਆਂ ਰੋਜ਼ ਵਾਂਗੂ, ਦੇਖਦੇ ਰਹੋ ਜਸ ਪੰਜਾਬੀ। ਜੀ ਪ੍ਰੋਗਰਾਮ ਦਾ ਆਖਰੀ ਪੜਾਅ ਔਰ ਗੱਲਬਾਤ ਅੱਜ ਬੱਲੋ ਬਾਰੇ ਹੋਈ ਹੈ। ਵੈਸੇ ਮੈਂ ਹੋਰ ਵੀ ਦੋ ਤਿੰਨ ਰੀਤੀ ਰਿਵਾਜ਼ ਜਿਹੜੇ ਉਹ ਲਿਆ ਸੀਗਾ ਉਹ ਫਿਰ ਤੁਹਾਡੇ ਨਾਲ ਸਾਂਝੇ ਕਰਾਂਗੇ। ਅਤੇ ਪ੍ਰੋਗਰਾਮ ਖਤਮ ਕਰਨ ਤੋਂ ਪਹਿਲਾਂ ਇੱਕ ਜਾਣਕਾਰੀ ਜਿਹੜੀ ਮੈਂ ਤੁਹਾਨੂੰ ਦੇਣੀ ਚਾਹੁੰਦਾ ਉਹ ਇਹ ਹੈ ਕਿ 15ਵਾਂ ਵਰਲਡ ਕਬੱਡੀ ਕੱਪ, 15ਵਾਂ ਜੋ ਕਿ ਯੂਨਾਈਟਿਡ ਸਪੋਰਟਸ ਕਲੱਬ ਕੈਲੀਫੋਰਨੀਆ ਵੱਲੋਂ ਕਰਵਾਇਆ ਜਾ ਰਿਹਾ 15 ਸਤੰਬਰ ਨੂੰ, ਔਰ 15ਵਾਂ ਹੀ ਇਹ ਹੈਗਾ ਅਤੇ 15 ਸਤੰਬਰ ਨੂੰ ਕਰਵਾਇਆ ਜਾ ਰਿਹਾ। ਸੋ ਇਹ ਗਾਖਲ ਸਾਹਿਬ, ਗਾਖਲ ਭਰਾ ਜਿਹੜੇ ਹੈਗੇ ਨੇ ਉਹਨਾਂ ਵੱਲੋਂ ਪੂਰਾ ਜ਼ੋਰ ਲਾਇਆ ਜਾਂਦਾ। ਅਮੋਲਕ ਸਿੰਘ ਗਾਖਲ ਸਾਹਿਬ, ਮਾਈਕ ਬੋਪਾ ਰਾਏ ਅਤੇ ਬਾਕੀ ਸਾਰੀ ਇਹਨਾਂ ਦੀ ਟੀਮ ਜਿਹੜੀ ਹੈ ਪੂਰੇ ਜ਼ੋਰਾਂ ਸ਼ੋਰਾਂ ਨਾਲ ਇਹ ਟੂਰਨਾਮੈਂਟ ਜਿਹੜਾ ਕਬੱਡੀ ਕੱਪ ਕਰਵਾ ਰਹੀ ਹੈ। ਸੋ ਤੁਸੀਂ 15 ਸਤੰਬਰ ਨੂੰ ਸਾਰਿਆਂ ਨੇ ਜ਼ਰੂਰ ਪਹੁੰਚਣਾ, ਸਾਡੇ ਐਡ ਵੀ ਚੱਲ ਪੈਗੀ, ਮੈਂ ਜਾਣਕਾਰੀ ਵੀ ਸਮੇਂ ਸਮੇਂ 'ਤੇ ਦਿੰਦਾ ਰਹਾਂਗਾ ਇਸ ਵਰਲਡ ਕਬੱਡੀ ਕੱਪ ਬਾਰੇ, ਜੋ ਕਿ ਸੱਚੀ ਮੁੱਚੀ ਵਰਲਡ ਕਬੱਡੀ ਕੱਪ ਹੈਗਾ। ਪਰ ਦਰਸ਼ਕਾਂ ਦੀ ਗੱਲ ਕਰੀਏ ਤਾਂ ਉੱਥੇ 15-20 ਹਜ਼ਾਰ ਦਰਸ਼ਕ ਇਕੱਠੇ ਹੁੰਦੇ ਨੇ ਇਸ ਕਬੱਡੀ ਕੱਪ ਦੇ ਵਿੱਚ। ਮੇਰਾ ਖਿਆਲ ਆ ਵੀ ਜਿੰਨੇ ਵੀ ਵਰਲਡ ਕਬੱਡੀ ਕੱਪ ਹੁੰਦੇ ਆ ਉਹਨਾਂ ਨਾਲੋਂ ਸਭ ਤੋਂ ਜ਼ਿਆਦਾ ਇਕੱਠ ਇਸ ਟੂਰਨਾਮੈਂਟ ਦੇ ਵਿੱਚ ਹੁੰਦਾ, ਯੂਨਾਈਟਿਡ ਸਪੋਰਟਸ ਕਲੱਬ ਦਾ ਜਿਹੜਾ ਟੂਰਨਾਮੈਂਟ ਵਰਲਡ ਕਬੱਡੀ ਕੱਪ ਹੋਣਾ। ਸੋ ਅਖੀਰ ਦੇ ਵਿੱਚ ਸਭ ਨੂੰ ਪਿਆ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ। ਈਮੇਲ ਕਰ ਸਕਦੇ ਹੋ jaggi@jasbroadcasting.com ਜਾਂ ਫਿਰ info@jasbroadcasting.com। ਇਸ ਤੋਂ ਇਲਾਵਾ ਫੇਸਬੁੱਕ, ਟਵਿੱਟਰ ਹੈਗਾ ਜਾਂ ਫਿਰ ਸਾਡਾ ਵਟਸਐਪ ਦਾ ਇੱਕ ਨੰਬਰ ਹੈਗਾ ਜਾਂ ਮੇਰਾ ਸੈੱਲ ਨੰਬਰ ਤੁਹਾਡੇ ਕੋਲ ਹੈਗਾ 209-450-3362। ਅਤੇ ਤੁਸੀਂ ਜ਼ਰੂਰ ਕਾਲ ਕਰਕੇ ਗੱਲਬਾਤ ਕੋਈ ਵੀ ਜਾਣਕਾਰੀ ਲੈਣੀ ਚਾਹੁੰਦੇ ਹੋ ਜਾਂ ਕੋਈ ਗੱਲਬਾਤ ਹੋਰ ਕਰਨੀ ਚਾਹੁੰਦੇ ਹੋ, ਕੋਈ ਈਵੈਂਟ ਕਰਵਾਉਣੀ ਚਾਹੁੰਦੇ ਹੋ ਤਾਂ ਕਾਲ ਜਿਹੜੀ ਹੈ ਕਰ ਸਕਦੇ ਹੋ ਵੈਸਟ ਕੋਸਟ ਦੇ ਵਿੱਚ। ਸੋ ਅੱਜ ਲਈ ਇੰਨਾ ਹੀ ਕਾਫੀ, ਗੁਸਤਾਖੀ ਲਈ ਮਾਫੀ, ਮੁਲਾਕਾਤ ਤੁਹਾਡੇ ਨਾਲ ਹੋਏਗੀ ਕੱਲ੍ਹ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰਾਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।